ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ਼ਬਦ ਅਵਤਾਰ ਜੁਗ ਜੁਗ ਅਟਲ, ਬਾਣੀ ਗੁਰੂ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਵਿਰਾਜਮਾਨ ਗੁਰੂ ਰੂਪ ਸੰਗਤ ਜੀ, ਗੁਰਾਂ ਵੱਲੋਂ ਬਖਸ਼ਿਸ਼ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤੁਰਕੀ ਬਾਣੀ ਦਾ ਮਹਾਨ ਸੰਗ੍ਰਹਿ, ਜਿਸ ਦੇ ਵਿੱਚ ਗੁਰੂ ਸਾਹਿਬਾਨ ਦੀ ਅਦੁੱਤੀ ਅਤੇ ਅਲੌਕਿਕ ਬਾਣੀ ਤੋਂ ਇਲਾਵਾ ਹੋਰ ਬਹੁਤ ਸਾਰੇ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਸਿੱਖਾਂ ਦੀ ਬਾਣੀ ਦਰਜ ਹੈ। ਇੱਕ ਮਹਾਨ ਸੰਗ੍ਰਹਿ ਹੈ, ਇੱਕ ਬਹੁਤ ਹੀ ਮੌਲਿਕ ਕਿਸਮ ਦਾ ਜੋ ਸਤਿਗੁਰੂ ਜੀ ਦਾ ਇੱਕ ਪੂਰਾ ਸੰਗ੍ਰਹਿ ਹੈ, ਜੋ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ ਪੂਰੀ ਮਨੁੱਖਤਾ ਦੇ ਇਤਿਹਾਸ ਵਿੱਚ, ਕਿ ਕਿਵੇਂ ਸਮੇਂ ਦੀ ਔਰ ਸਥਾਨ ਦੀ ਅਲੱਗ ਅਲੱਗ ਜਗ੍ਹਾ ਤੋਂ ਸਥਾਨ ਦੇ ਸੰਬੰਧ ਵਿੱਚ ਔਰ ਸਮੇਂ ਦੇ ਸੰਬੰਧ ਵਿੱਚ ਰੱਬੀ ਰਹਿਬਰਾਂ ਦੇ ਕਲਾਮ ਨੂੰ ਇਕੱਠਾ ਕਰਕੇ, ਜੋ ਵੱਖ ਵੱਖ ਸਮੇਂ ਨਾਲ ਸੰਬੰਧਿਤ ਹਨ, ਜੋ ਵੱਖ ਵੱਖ ਸਥਾਨ ਨਾਲ ਸੰਬੰਧਿਤ ਹਨ, ਜੋ ਵੱਖ ਵੱਖ ਧਰਮਾਂ ਨਾਲ ਸੰਬੰਧਿਤ ਹਨ, ਵੱਖ ਵੱਖ ਭਾਸ਼ਾਵਾਂ ਨਾਲ ਸੰਬੰਧਿਤ ਹਨ, ਭੂਗੋਲਿਕ ਵਿਖਰੇਵਾਂ ਹੈ, ਸਮੇਂ ਦਾ ਅੰਤਰ ਹੈ, ਪਰ ਉਸ ਮਹਾਨ ਕਲਾਮ ਨੂੰ ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਕੱਤਰ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ ਹੈ। ਸਤਿਗੁਰਾਂ ਤੋਂ ਇਲਾਵਾ ਜਿੰਨਾ ਮਹਾਨ ਸ਼ਖਸੀਅਤਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ, ਉਹਨਾਂ ਦੇ ਵਿੱਚ ਇੱਕ ਬੜਾ ਅਦੁੱਤੀ ਨਾਮ ਸ਼ੁਮਾਰ ਹੈ, ਬਾਬਾ ਸ਼ੇਖ ਫਰੀਦ ਜੀ। ਸਮੇਂ ਦੇ ਪ੍ਰਸੰਗ ਵਿੱਚ ਦੇਖਿਆ ਜਾਵੇ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ ਬਾਣੀ ਦਰਜ ਹੈ, ਜੋ ਸੰਪੂਰਨ ਬਾਣੀ ਦਾ ਸੰਗ੍ਰਹਿ ਹੈ, ਉਸ ਵਿੱਚ ਜੋ ਸਭ ਤੋਂ ਪਹਿਲੀ ਉਚਾਰੀ ਗਈ ਰਚਨਾ ਹੈ, ਜੋ ਤੁਰਕੀ ਬਾਣੀ ਦਾ ਮਹਾਨ ਪ੍ਰਵਾਹ ਹੈ, ਉਸ ਵਿੱਚ ਸਭ ਤੋਂ ਪਹਿਲੀ ਜੋ ਉਚਾਰੀ ਗਈ ਰਚਨਾ ਹੈ, ਉਹ ਬਾਬਾ ਸ਼ੇਖ ਫਰੀਦ ਜੀ ਦੀ ਹੈ। ਕਿਉਂਕਿ ਬਾਬਾ ਸ਼ੇਖ ਫਰੀਦ ਜੀ 10ਵੀਂ ਸਦੀ ਦੇ ਇੱਕ ਮਹਾਨ ਸੂਫੀ ਰਹਿਬਰ ਹਨ, ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਗੁਰਮਤ ਅਤੇ ਸਿੱਖ ਧਰਮ ਦੇ ਜੋ ਮੋਢੀ ਹਨ, ਉਹਨਾਂ ਦਾ ਜਨਮ 1469 ਈਸਵੀ ਨੂੰ ਹੁੰਦਾ ਹੈ।
ਸੋ ਲਗਭਗ 400 ਸਾਲ ਦਾ ਅੰਤਰ ਹੈ। ਸੋ ਸਮੇਂ ਦੇ ਪ੍ਰਸੰਗ ਵਿੱਚ ਬਾਬਾ ਸ਼ੇਖ ਫਰੀਦ ਜੀ ਵੱਲੋਂ ਉਚਾਰੀ ਗਈ ਬਾਣੀ ਪ੍ਰਾਂਭਿਕ ਹੈ, ਇਤਿਹਾਸਿਕ ਰਵਾਇਤਾਂ ਅਨੁਸਾਰ ਮੁਲਤਾਨ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਕੋਠੇਵਾਲ 1173 ਈਸਵੀ ਨੂੰ ਬਾਬਾ ਫਰੀਦ ਜੀ ਦਾ ਜਨਮ ਹੋਇਆ, ਜੋ ਬਚਪਨ ਦਾ ਨਾਮ ਹੈ ਉਹ ਫਰੀਦਉਦੀਨ ਮਸੂਦ, ਇਹ ਨਾਮ ਹੈ ਬਾਬਾ ਫਰੀਦ ਜੀ ਦਾ। ਔਰ ਆਪਣੇ ਨਾਮ ਦਾ ਜੋ ਆਰੰਭਿਕ ਹਿੱਸਾ ਹੈ ਫਰੀਦਉਦੀਨ ਜੋ ਨਾਮ ਹੈ, ਇਸਦਾ ਜੋ ਆਰੰਭਿਕ ਹਿੱਸਾ ਹੈ ਫਰੀਦ, ਉਸ ਨਾਮ ਦੇ ਨਾਲ ਪ੍ਰਵਾਨ ਚੜ੍ਹੇ ਹਨ। ਫਰੀਦ ਸ਼ਬਦ ਦੇ ਭਾਵ ਵੀ ਬੜੇ ਪਿਆਰੇ ਹਨ, ਅਦੁੱਤੀ ਲਾਸਾਨੀ ਜਿਸਦਾ ਕੋਈ ਸਾਨੀ ਨਹੀਂ, ਜਿਸਦੀ ਕੋਈ ਦੂਸਰੀ ਮਿਸਾਲ ਨਹੀਂ। ਫਰੀਦ ਅਦੁੱਤੀ ਅਰਥ ਔਰ ਆਪਣੇ ਜੀਵਨ ਕਾਲ ਵਿੱਚ ਸ਼ਕਰੇਗੰਜ ਸ਼ੇਖ ਬਾਬਾ ਫਰੀਦ ਜੀ ਐਸੇ ਉਪਨਾਮ, ਐਸੇ ਖੂਬਸੂਰਤ ਅਲੰਕਾਰ ਬਾਬਾ ਜੀ ਦੇ ਨਾਮ ਦੇ ਨਾਲ ਦੁਨੀਆਂ ਨੇ ਜੋੜੇ, ਉਸ ਮਹਾਨ ਜੋ ਮਿਠਾਸ ਹੈ ਉਹਨਾਂ ਦੀ ਬਾਣੀ ਦੇ ਵਿੱਚ, ਉਹਨਾਂ ਦੀ ਕਰਨੀ ਦੇ ਵਿੱਚ, ਉਹਨਾਂ ਦੇ ਸੁਭਾਅ ਦੇ ਵਿੱਚ, ਉਹਨਾਂ ਦੇ ਆਚਰਣ ਦੇ ਵਿੱਚ ਸ਼ੱਕਰ ਜੈਸੀ ਮਿਠਾਸ ਹੈ। ਉਸਦੇ ਕਾਰਨ ਸ਼ਕਰੇਗੰਜ ਦੀ ਉਪਾਧੀ ਮਿਲੀ ਹੈ। ਸ਼ਕਰੇਗੰਜ ਤੋਂ ਬਾਅਦ ਸ਼ੱਕਰ ਦਾ ਪਹਾੜ ਬੜਾ ਪਿਆਰਾ ਨਾਮ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਾਬਾ ਫਰੀਦ ਜੀ ਦੇ ਰਾਗ ਆਸਰਾ ਵਿੱਚ ਦੋ ਪਦੇ ਮਿਲਦੇ ਹਨ, ਰਾਗ ਸੂਹੀ ਵਿੱਚ ਦੋ ਪਦੇ ਮਿਲਦੇ ਹਨ ਸ਼ਬਦ ਰੂਪ ਵਿੱਚ। ਔਰ ਬਾਬਾ ਫਰੀਦ ਜੀ ਦੇ ਨਾਮ ਹੇਠ ਸਲੋਕਾਂ ਦੀ ਜੋ ਵਿਉਂਤ ਹੈ, ਸਲੋਕਾਂ ਦੀ ਜੋ ਰਚਨਾ ਹੈ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮਿਲਦੀ ਹੈ। 112 ਗਿਣਤੀ ਹੈ ਸਾਰੇ ਸਲੋਕਾਂ ਦੀ। ਔਰ ਇਹਨਾਂ ਸਲੋਕਾਂ ਨੂੰ ਪੜ੍ਹ ਕੇ, ਇਹਨਾਂ ਦਾ ਪਾਠ ਕਰਕੇ ਬਾਬਾ ਸ਼ੇਖ ਫਰੀਦ ਜੀ ਦੀ ਜੋ ਮਹਾਨ ਅਧਿਆਤਮਿਕ ਡੂੰਘਾਈ ਹੈ, ਜੋ ਮਹਾਨ ਡੂੰਘਾ ਰੱਬੀ ਅਨੁਭਵ ਹੈ ਉਹਨਾਂ ਦੇ ਕੋਲ, ਜੋ ਉਹਨਾਂ ਦੇ ਆਚਰਣ ਦੀ ਗਹਿਰੀ ਮਿਠਾਸ ਹੈ, ਜੋ ਰੱਬੀ ਰਹੱਸ ਹੈ ਉਹਨਾਂ ਦੇ ਕੋਲ, ਉਸਦਾ ਖੂਬਸੂਰਤ ਚਲਕਾਰਾ ਪੈਂਦਾ ਹੈ। ਮੁਲਤਾਨੀ ਔਰ ਲਹਿੰਦੀ ਭਾਸ਼ਾ ਦਾ ਖੂਬਸੂਰਤ ਸੁਮੇਲ ਬਹੁਤ ਹੀ ਢੁਕਵੇਂ ਰੂਪਕ, ਬੜੇ ਹੀ ਖੂਬਸੂਰਤ ਅਲੰਕਾਰ ਉਹ ਪ੍ਰਯੋਗ ਕਰਦੇ ਹਨ ਰੱਬੀ ਅਨੁਭਵ ਨੂੰ ਸਾਡੇ ਤੱਕ ਪਹੁੰਚਾਉਣ ਲਈ। ਬੜੀ ਹੀ ਢੁਕਵੀਂ ਤੇ ਦਿਲ ਡੂੰਘਵੀਂ ਸ਼ਬਦਾਵਲੀ ਇਹਨਾਂ ਸਲੋਕਾਂ ਦੀ, ਔਰ ਰੱਬੀ ਰਮਜਾਂ ਨੂੰ, ਸੰਸਾਰਿਕ ਰਮਜਾਂ ਨੂੰ ਖੂਬਸੂਰਤੀ ਨਾਲ ਖੋਲਦੇ ਜਾਂਦੇ ਹਨ ਸ਼ੇਖ ਬਾਬਾ ਫਰੀਦ ਜੀ। ਇਹਨਾਂ ਸਲੋਕਾਂ ਦੇ ਡੂੰਘੇ ਅਧਿਐਨ ਤੋਂ ਬਾਬਾ ਫਰੀਦ ਜੀ ਦੀ ਮਹਾਨ ਬ੍ਰਹਮ ਗਿਆਨ ਦੇ ਵਿੱਚ ਡੁੱਬੀ ਹੋਈ ਸ਼ਖਸੀਅਤ ਦੇ ਦਰਸ਼ਨ ਹੁੰਦੇ ਹਨ। ਸੰਪੂਰਨ ਜੋ ਉਹਨਾਂ ਦਾ ਵਿਅਕਤੀਤਵ ਹੈ, ਜੋ ਪਰਸਨੈਲਿਟੀ ਹੈ, ਜੋ ਸ਼ਖਸੀਅਤ ਹੈ ਉਹਨਾਂ ਦੀ,
ਰੱਬੀ ਅਨੁਭਵ ਦੇ ਵਿੱਚ ਬੀਜੀ ਹੋਈ ਮਿਠਾਸ ਦੇ ਨਾਲ ਲਬੜੇ ਉਸਦਾ ਚਲਕਾਰਾ ਪੈਂਦਾ ਹੈ। ਬਿਲਕੁਲ ਇਸ ਵਿਧੀ ਦੇ ਨਾਲ ਉਹ ਰਚਨਾ ਕਰਦੇ ਹਨ ਕਿ ਕਿਸੇ ਦੇ ਦਿਲ ਨੂੰ ਕੋਈ ਦੁੱਖ ਨਾ ਪਹੁੰਚੇ, ਕਿਸੇ ਦਾ ਮਨ ਦੁਖੀ ਨਾ ਹੋ ਜਾਵੇ, ਕੋਈ ਕਟਾਕਸ਼ ਨਹੀਂ ਕਰਦੇ, ਕੋਈ ਵਿਅੰਗ ਮਾਣ ਨਹੀਂ ਮਾਰਦੇ। ਮਿਠਾਸ ਉਹਨਾਂ ਦੀ ਸੰਪੂਰਨ ਰਚਨਾ ਦਾ ਆਧਾਰ ਹੈ। ਬੜੇ ਉੱਘੇ ਸਿੱਖ ਵਿਦਵਾਨ ਡਾਕਟਰ ਤਰਨ ਸਿੰਘ ਬਾਬਾ ਫਰੀਦ ਜੀ ਦੀ ਜੋ ਬਾਣੀ ਹੈ, ਜੋ ਰਚਨਾ ਹੈ, ਖਾਸ ਕਰਕੇ ਸਲੋਕ ਰੂਪ ਦੇ ਵਿੱਚ ਉਸਦੇ ਸੰਬੰਧ ਵਿੱਚ ਕਹਿੰਦੇ ਹਨ ਕਿ ਬਾਬਾ ਫਰੀਦ ਜੀ ਦਾ ਇੱਕ ਇੱਕ ਸਲੋਕ ਇਸ ਤਰ੍ਹਾਂ ਹੈ, ਇੱਕ ਇੱਕ ਜੋ ਅਲੱਗ ਅਲੱਗ ਸਲੋਕ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਚਿੱਤਰਕਾਰ ਨੇ ਇੱਕ ਇੱਕ ਚਿੱਤਰ ਉਸਦੀ ਰਚਨਾ ਕੀਤੀ ਹੋਵੇ, ਅਲੱਗ ਅਲੱਗ ਇੱਕ ਇੱਕ ਦ੍ਰਿਸ਼ ਦੀ ਜਿਵੇਂ ਰਚਨਾ ਕੀਤੀ ਹੋਵੇ, ਅਲੱਗ ਅਲੱਗ ਇੱਕ ਸਲੋਕ ਪੜ੍ਹੋ, ਇੱਕ ਸੰਪੂਰਨ ਦ੍ਰਿਸ਼ ਅੱਖਾਂ ਦੇ ਸਾਹਮਣੇ ਸਾਕਾਰ ਹੋ ਜਾਂਦਾ ਹੈ। ਜਿਸ ਤਰ੍ਹਾਂ ਇੱਕ ਚਿੱਤਰਕਾਰ ਬ੍ਰਸ਼ ਤੇ ਰੰਗ ਲੈ ਕੇ ਇੱਕ ਚਿੱਤਰ ਬਣਾਉਂਦਾ ਹੈ, ਇੱਕ ਪੇਂਟਿੰਗ ਬਣਾਉਂਦਾ ਹੈ, ਮਿਹਨਤ ਕਰਦਾ ਹੈ, ਉਸ ਸੰਪੂਰਨ ਪੇਂਟਿੰਗ ਦਾ ਇੱਕ ਆਪਣਾ ਅਨੂਠਾ ਪ੍ਰਭਾਵ ਹੈ, ਉਸਨੂੰ ਦੇਖ ਕੇ ਰੰਗ ਅਤੇ ਦ੍ਰਿਸ਼ ਅਤੇ ਜੋ ਆਕਾਰ ਦਿੰਦਾ ਹੈ, ਜੋ ਵੀ ਮਨੋਭਾਵ ਹੈ ਗਹਿਰਾ ਉਸ ਪੇਂਟਿੰਗ ਦਾ, ਉਹ ਮਨ ਤੇ ਅਸਰ ਪਾਉਂਦੀ ਹੈ। ਠੀਕ ਉਸੇ ਤਰ੍ਹਾਂ ਬਾਬਾ ਫਰੀਦ ਜੀ ਦਾ ਇੱਕ ਇੱਕ ਸਲੋਕ ਉਨਾ ਗਹਿਰਾ ਅਰਥ ਰੱਖਦਾ ਹੈ, ਉਨੀ ਗਹਿਰੀ ਬਿੰਬਾਵਲੀ, ਉਨੇ ਗਹਿਰੇ ਜੋ ਅਲੰਕਾਰ ਹਨ, ਰੂਪਕ ਹਨ, ਪ੍ਰਤੀਕ ਹਨ, ਉਦਾਹਰਣ ਹਨ, ਉਹਨਾਂ ਦੀ ਚੋਣ ਕੀਤੀ ਹੈ ਬਾਬਾ ਫਰੀਦ ਜੀ ਨੇ ਜੀਵਨ ਅਤੇ ਬ੍ਰਹਮ ਗਿਆਨ ਦੇ ਬਹੁਤ ਹੀ ਡੂੰਘੇ ਅਨੁਭਵਾਂ ਨੂੰ ਪੇਸ਼ ਕਰਦੇ ਜਾਂਦੇ ਹਨ। ਜੋ ਜੀਵਨ ਦੀ ਉਪਰਾਮਤਾ ਹੈ, ਜੀਵਨ ਦੀ ਨਾਸ਼ਵਾਨਤਾ ਹੈ, ਉਹ ਆਧਾਰਭੂਤ ਹੈ ਖਾਸ ਕਰਕੇ ਇਹਨਾਂ ਸਲੋਕਾਂ ਦਾ ਬੇਸ ਹੈ। ਆਧਾਰ ਰੂਪ ਵਿੱਚ ਉਹਨਾਂ ਨੇ ਜੀਵਨ ਦੀ ਨਾਸ਼ਮਾਨਤਾ ਅਤੇ ਉਸ ਮਹਾਨ ਪਰਮ ਸ਼ਕਤੀ ਲੈ ਕੇ ਇਨਸਾਨ ਦੀ ਜੋ ਸੀਮਤ ਤਾਕਤ ਹੈ ਉਸਦਾ ਜ਼ਿਕਰ ਕੀਤਾ ਹੈ। ਇਹਨਾਂ ਸੰਪੂਰਨ ਸਲੋਕਾਂ ਦੀ ਜੋ ਡੂੰਘੀ ਵਿਚਾਰ ਹੈ, ਸਤਿਗੁਰਾਂ ਦੀ ਬਖਸ਼ਿਸ਼ ਕਿਰਪਾ ਸਦਕਾ ਅੱਜ ਤੋਂ ਉਸਦੀ ਆਰੰਭਤਾ ਹੈ। ਸਤਿਗੁਰੂ ਬਖਸ਼ਿਸ਼ ਕਿਰਪਾ ਕਰਨ ਕਿ ਉਸ ਮਹਾਨ ਅਨੁਭਵ ਦੇ ਵਿੱਚ ਅਸੀਂ ਉਤਰ ਸਕੀਏ ਅਤੇ ਬਾਬਾ ਸ਼ੇਖ ਫਰੀਦ ਜੀ ਦੀ ਮਹਾਨ ਬਾਣੀ ਦੀ ਰਾਹ ਉਸ ਪਰਮ ਗਿਆਨ ਦੇ ਦਰਸ਼ਨ ਕਰ ਸਕੀਏ, ਉਸ ਬ੍ਰਹਮ ਗਿਆਨ ਨੂੰ ਉਸਦਾ ਚਲਕਾਰਾ ਪਾ ਸਕੀਏ। ਪੰਜਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਰਜ ਕਰਦੇ ਹਨ ਸ਼ੇਖ ਫਰੀਦ ਜੀ ਦੀ ਬਾਣੀ, ਸਿਰਲੇਖ ਦਿੰਦੇ ਹਨ ਸਲੋਕ ਸ਼ੇਖ ਫਰੀਦ ਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਸਲੋਕ ਜੋ ਅਗਲੇ ਦੇ ਸਲੋਕ ਹਨ, ਇਹ ਬਾਬਾ ਸ਼ੇਖ ਫਰੀਦ ਜੀ ਦੀ ਰਚਨਾ ਹੈ। ਔਰ ਆਰੰਭਿਕ ਮੂਲ ਮੰਤਰ ਦਾ ਜੋ ਸੰਖੇਪ ਰੂਪ ਹੈ, ਇੱਕ ਓਅੰਕਾਰ, ਇੱਕ ਹੈ ਉਹ ਪਰਮ ਸ਼ਕਤੀ,
ਸਤਿਗੁਰੂ ਪ੍ਰਸਾਦ ਔਰ ਗੁਰੂ ਦੀ ਕਿਰਪਾ ਦੁਆਰਾ ਉਸ ਤੱਕ ਪਹੁੰਚ ਹੋ ਸਕਦੀ ਹੈ, ਉਸਨੂੰ ਪਾਇਆ ਜਾ ਸਕਦਾ ਹੈ। ਬਾਬਾ ਸ਼ੇਖ ਫਰੀਦ ਜੀ ਦੇ ਸਲੋਕਾਂ ਦੀ ਆਰੰਭਤਾ ਹੁੰਦੀ ਹੈ, ਜਿੱਦ ਦਿਹਾੜਾ ਹੈ ਧਨ ਵਰੀ ਸਾਹੇ ਲੈ ਵਿਖਾਏ, ਮਲਕ ਜੇ ਕੰਨੀ ਸੁਣੀਂਦਾ ਮੂੰਹ ਦਿਖਾ ਲਿਆ। ਬਾਬਾ ਸ਼ੇਖ ਫਰੀਦ ਜੀ ਆਪਣੇ ਮਹਾਨ ਅਨੁਭਵ ਨੂੰ ਸ਼ਬਦਾਂ ਦਾ ਰੂਪ ਦਿੰਦੇ ਹਨ। ਜਿੱਦ ਦਿਹਾੜਾ ਹੈ ਧਨ ਵਰੀ ਸਾਹੇ ਲੈ ਵਿਖਾਏ, ਸਲੋਕ ਦਾ ਡੂੰਘਾ ਔਰ ਗਹਿਰਾ ਅੰਤਰੀ ਭਾਵ ਜੀਵਨ ਦੀ ਨਾਸ਼ਮਾਨਤਾ ਹੈ। ਪਰ ਬਾਬਾ ਫਰੀਦ ਜੀ ਜੋ ਪ੍ਰਤੀਕ ਜੋ ਉਦਾਹਰਣ ਚੁਣਦੇ ਹਨ ਉਹ ਨਾਸ਼ਮਾਨਤਾ ਦੇ ਨਹੀਂ ਹਨ। ਇਹ ਬੜੀ ਪਿਆਰੀ ਵਿਧੀ ਹੈ ਬਾਬਾ ਫਰੀਦ ਜੀ ਦੀ। ਮੌਤ ਦੀ ਵਿਆਖਿਆ ਕਰਦੇ ਸਮੇਂ, ਜੀਵਨ ਦੀ ਨਾਸ਼ਮਾਨਤਾ ਦੀ ਵਿਆਖਿਆ ਕਰਦੇ ਸਮੇਂ ਜੋ ਪ੍ਰਤੀਕ ਚੁਣੇ ਹਨ, ਉਹ ਜੋ ਵਿਆਹ ਜਾਂ ਸ਼ਾਦੀ ਉਸ ਦੇ ਰਸਮ ਰਿਵਾਜ ਹੈ ਉਹਨਾਂ ਦਾ ਜ਼ਿਕਰ ਕਰਦੇ ਹਨ। ਬੜੀ ਪਿਆਰੀ ਪਹੁੰਚ ਹੈ। ਜਿਸ ਦਿਨ ਜੀਵਾਤਮਾ ਨੇ ਜੀਵਨ ਦੇ ਰੂਪ ਦੇ ਵਿੱਚ ਜਨਮ ਲਿਆ, ਜਿੱਦ ਦਿਹਾੜਿਆ ਧਨ ਵਰੀ ਸਾਹੇ ਲੈ ਵਿਖਾਏ, ਲਿਖਿਆ ਗਿਆ ਉਦੋਂ ਹੀ ਤੁਰ ਜਾਣ ਦਾ ਦਿਨ, ਮਲਕ ਜੇ ਕੰਨੀ ਸੁਣੀਂਦਾ ਮੂੰਹ ਦੇਖਾ ਲਿਆ ਹੈ। ਰੱਬ ਆ ਗਿਆ, ਉਹ ਜੋ ਮੌਤ ਦਾ ਦੇਵਤਾ ਮਾਲਿਕ, ਸੁਣਿਆ ਸੀ ਕੰਨਾਂ ਦੇ ਨਾਲ ਕਿ ਆਉਂਦਾ ਹੈ, ਮੂੰਹ ਦਿਖਾ ਲਿਆ, ਉਸਨੇ ਆਪਣਾ ਚਿਹਰਾ ਦਿਖਾ ਦਿੱਤਾ। ਪ੍ਰਤੀਕ ਚੁਣੇ ਹਨ ਸ਼ਾਦੀ ਦੇ, ਵਿਆਹ ਦੇ, ਖੁਸ਼ੀ ਦਾ ਪ੍ਰਤੀਕ ਚੁਣਿਆ ਹੈ ਮੌਤ ਦੇ। ਬੜੀ ਪਿਆਰੀ ਵਿਧੀ ਹੈ। ਜਿੱਤ ਦਿਹਾੜਾ ਧਨ ਵਰੀ, ਜਿਸ ਦਿਨ ਚੁਣੀ ਗਈ ਕੰਨਿਆ ਵਿਆਹ ਲਈ ਸ਼ਾਦੀ ਲਈ ਸਾਹੇ ਲੈ ਲਿਖਾਏ, ਤੁਰ ਜਾਣ ਦਾ ਦਿਨ ਵੀ ਉਦੋਂ ਹੀ ਲਿਖਿਆ ਗਿਆ। ਸਾਹਾ ਵਿਆਹ ਨਾਲ ਸੰਬੰਧਿਤ ਸ਼ਬਦ ਹੈ, ਸਾਹੀ ਚਿੱਠੀ ਇਹ ਵਿਆਹ ਦੀ ਚਿੱਠੀ ਹੁੰਦੀ ਹੈ ਜੋ ਵਾਰ ਨੂੰ ਭੇਜੀ ਜਾਂਦੀ ਹੈ ਕੰਨਿਆਂ ਦੇ ਪਰਿਵਾਰ ਵੱਲੋਂ। ਸ਼ਗਨਾਂ ਦੀ ਚਿੱਠੀ, ਬੜੇ ਪਿਆਰੇ ਪ੍ਰਤੀਕ ਚੁਣੇ ਹਨ ਬਾਬਾ ਫਰੀਦ ਜੀ ਨੇ। ਮਲਕ ਜੇ ਕੰਨੀ ਸੁਣੀਂਦਾ ਮੂੰਹ ਦੇਖਾ ਲਿਆ, ਜੋ ਸੁਣਿਆ ਸੀ ਕਦੇ ਕਿ ਆਉਂਦਾ ਹੈ ਮੌਤ ਦਾ ਫਰਿਸ਼ਤਾ, ਉਸਨੇ ਚਿਹਰਾ ਦਿਖਾ ਦਿੱਤਾ। ਜੀਵਨ ਦੀ ਨਾਸ਼ਮਾਨਤਾ ਤੋਂ ਆਰੰਭ ਕਰਦੇ ਹਨ ਆਪਣੀ ਮਹਾਨ ਰਚਨਾ, ਔਰ ਇਹੀ ਬਹੁਤ ਹੀ ਪਿਆਰੀ ਪਹੁੰਚ ਹੈ ਬਾਬਾ ਫਰੀਦ ਜੀ ਦੀ ਜੀਵਨ ਦੇ ਪ੍ਰਤੀ। ਤੇ ਜੀਵਨ ਨੂੰ ਅਗਰ ਸਮਝਣਾ ਹੈ ਤਾਂ ਪਹਿਲਾਂ ਮੌਤ ਨੂੰ ਸਮਝੋ, ਮੌਤ ਨੂੰ ਜਾਣੋ, ਮੌਤ ਨੂੰ ਚੇਤੇ ਰੱਖੋ। ਸੁਣਨ ਦੇ ਵਿੱਚ ਸ਼ਾਇਦ ਲੱਗੇ ਵਿਰੋਧਾਭਾਸ, ਕਿਉਂ? ਕਿਉਂਕਿ ਅਸੀਂ ਬਿਲਕੁਲ ਆਪਣੇ ਉਸ ਦ੍ਰਿਸ਼ਟੀਕੋਣ ਤੋਂ ਚੀਜ਼ਾਂ ਦੇਖਦੇ ਹਾਂ ਜਿੱਥੇ ਅਸੀਂ ਰੁਕੇ ਹਾਂ, ਜਿੱਥੇ ਅਸੀਂ ਠਹਿਰੇ ਹਾਂ, ਜਿੱਥੇ ਸਾਡੀ ਮਾਨਸਿਕ ਅਵਸਥਾ ਰੁਕੀ ਹੈ, ਜਿੱਥੋਂ ਤੱਕ ਸਾਡੀ ਪਹੁੰਚ ਹੈ। ਪਰ ਅਕਸਰ ਦੁਨੀਆ ਦਾ ਇਹ ਵਿਚਾਰ ਰਹਿੰਦਾ ਹੈ ਕਿ ਮੌਤ ਦੀ ਗੱਲ ਕਰਨ ਤੋਂ ਡਰਦੀ ਹੈ, ਮੌਤ ਡਰ ਦਾ ਪ੍ਰਤੀਕ ਹੈ, ਮੌਤ ਭੈ ਦਾ ਪ੍ਰਤੀਕ ਹੈ, ਔਰ ਜੀਵਨ ਜਿਉਣਾ
ਖੁਸ਼ੀ ਦਾ ਪ੍ਰਤੀਕ ਹੈ ਇਨਸਾਨ ਲਈ, ਮੌਤ ਨਾਲ ਸੰਬੰਧਿਤ ਗੱਲ ਕਰਨੀ ਡਰ ਦਾ ਪ੍ਰਤੀਕ ਹੈ। ਐਸਾ ਹੈ ਨਹੀਂ, ਐਸਾ ਮਹਿਸੂਸ ਕਰਦਾ ਹੈ ਇਨਸਾਨ, ਕਿਉਂਕਿ ਜੀਵਨ ਜਿਉਣ ਦੀ ਚੀਜ਼ ਹੈ। ਪਤਾ ਹੋਣਾ ਚਾਹੀਦਾ ਹੈ ਕਿ ਜੀਵਨ ਕਿਵੇਂ ਜਿਉਣਾ ਹੈ, ਪਰ ਪਤਾ ਹੋਣਾ ਚਾਹੀਦਾ ਹੈ ਕਿ ਮਰਨਾ ਵੀ ਕਿਵੇਂ ਹੈ। ਉਹ ਵੀ ਬਰਾਬਰ ਦੀ ਕੀਮਤ ਰੱਖਦੀ ਹੈ ਗੱਲ। ਅਗਰ ਕੋਈ ਕਹੇ ਕਿ ਜੀਓ, ਜਿੰਨਾ ਚਿਰ ਜੀਣਾ ਹੈ ਜੀਓ, ਮੌਤ ਦੀ ਗੱਲ ਨਾ ਕਰੋ, ਮਰਨਾ ਤਾਂ ਹੈ, ਇੱਕ ਦਿਨ ਮਰਨਾ ਹੀ ਹੈ, ਇਸ ਲਈ ਜਦ ਤੱਕ ਜੀਵਨ ਹੈ ਮੌਤ ਦੀ ਗੱਲ ਨਾ ਕਰੋ। ਇਸ ਤੋਂ ਭਾਵ ਹੈ ਕਿ ਮੌਤ ਦਾ ਡੂੰਘਾ ਡਰ ਬੈਠਾ ਹੈ ਮਨ ਵਿੱਚ, ਮੌਤ ਦੀ ਗੱਲ ਕਿਉਂ ਨਾ ਕਰੋ। ਅਗਰ ਜਿਉਣਾ ਕਲਾ ਹੈ ਤੇ ਮਰਨਾ ਵੀ ਕਲਾ ਹੈ, ਬਰਾਬਰ ਦੀ ਕੀਮਤ ਹੈ, ਸ਼ਾਇਦ ਥੋੜੀ ਜ਼ਿਆਦਾ ਹੀ ਹੈ, ਕਿਉਂਕਿ ਮਰਨਾ ਸੱਚ ਹੈ। ਮਰਨਾ ਇੱਕ ਐਸੀ ਧਾਰਨਾ ਹੈ, ਐਸੀ ਅਸਲੀਅਤ ਹੈ ਜੋ ਬਿਲਕੁਲ ਸਥਿਰ ਹੈ ਇਸ ਜੀਵਨ ਵਿੱਚ। ਕੁਛ ਵੀ ਨਿਯਮਤ ਨਹੀਂ, ਕੁਛ ਵੀ ਪੱਕਾ ਨਹੀਂ, ਕੁਛ ਵੀ ਦਾਵਾ ਨਹੀਂ। ਅਗਰ ਦਾਵਾ ਹੈ ਇਸ ਜੀਵਨ ਵਿੱਚ ਕਿਸੇ ਗੱਲ ਦਾ, ਤਾਂ ਉਹ ਹੈ ਮੌਤ। ਇਸ ਲਈ ਉਸ ਨਾਲ ਸੰਬੰਧਿਤ ਗੱਲ ਕਰਨੀ ਪਏਗੀ। ਜੋ ਨਹੀਂ ਕਰ ਸਕਦਾ ਕਮਜ਼ੋਰ ਹੋਏਗਾ। ਬਾਬਾ ਫਰੀਦ ਜੀ ਆਰੰਭ ਕਰਦੇ ਹਨ ਜੀਵਨ ਦੀ ਨਾਸ਼ਮਾਨਤਾ, ਬੜੇ ਪਿਆਰੇ ਪ੍ਰਤੀਕ ਹੁੰਦੇ ਹਨ। ਜਿੱਤ ਦਿਹਾੜੈ ਧਨਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣਦਾ ਮੂੰਹ ਦਿਖਾ ਲਿਆ। ਉਹ ਜੋ ਮਾਲਕ ਹੈ, ਮੌਤ ਦਾ ਫਰਿਸ਼ਤਾ ਹੈ, ਆ ਕੇ ਬੈਠ ਗਿਆ ਹੈ। ਔਰ ਪ੍ਰਤੀਕ ਹਨ ਖੁਸ਼ੀ ਦੇ, ਕਿਉਂਕਿ ਬਾਬਾ ਫਰੀਦ ਜੀ ਪਾਰ ਹਨ ਉਸ ਡਰ ਤੋਂ, ਉਸ ਮਾਨਸਿਕ ਅਵਸਥਾ ਤੋਂ ਜਿਸ ਵਿੱਚ ਅਸੀਂ ਵਿਚਰਦੇ ਹਾਂ। ਉਹਨਾਂ ਲਈ ਉਹ ਜੋ ਗੱਲ ਕਰ ਰਹੇ ਹਨ, ਜੋ ਉਪਦੇਸ਼ ਕਰ ਰਹੇ ਹਨ, ਇੱਕ ਐਸੇ ਤਲ ਤੋਂ ਕਰ ਰਹੇ ਹਨ ਜਿੱਥੋਂ ਜੀਵਨ ਔਰ ਮੌਤ ਤੋਂ ਪਾਰ ਹਨ, ਉਹਨਾਂ ਦੀ ਮਹਾਨ ਸ਼ਖਸੀਅਤ ਪਾਰ। ਉਹਨਾਂ ਦੇ ਮਨ ਵਿੱਚ ਜੀਵਨ ਜਿਉਣ ਦਾ ਡਾਢਾ ਲੋਭ ਨਹੀਂ ਹੈ, ਉਹਨਾਂ ਦੇ ਮਨ ਵਿੱਚ ਮੌਤ ਦਾ ਡਰ ਨਹੀਂ। ਇਸ ਲਈ ਇੱਕ ਸਮਾਨਤਾ ਦੇ ਆਧਾਰ ਤੇ ਉਹ ਮਹਾਨ ਜੋ ਉਪਦੇਸ਼ ਦਿੰਦੇ ਹਨ ਆਪਣੀ ਬਾਣੀ ਰਾਹੀਂ, ਆਰੰਭ ਕਰਦੇ ਹਨ ਜੀਵਨ ਦੀ ਨਾਸ਼ਮਾਨਤਾ ਤੋਂ। ਉਸਨੂੰ ਸਮਝ ਲੈਣਾ ਜ਼ਰੂਰੀ ਹੈ, ਮੌਤ ਨੂੰ ਸਮਝ ਲੈਣਾ ਜ਼ਰੂਰੀ ਹੈ। ਮੌਤ ਕੋਈ ਦੁੱਖ ਤੇ ਡਰ ਦਾ ਵਿਸ਼ਾ ਨਹੀਂ, ਨਾਸ਼ਮਾਨਤਾ ਦੁੱਖ ਜਾਂ ਡਰ ਦਾ ਵਿਸ਼ਾ ਨਹੀਂ। ਔਰ ਗੁਰਬਾਣੀ ਦਾ ਜੋ ਸੰਕਲਪ ਹੈ ਉਹ ਤਾਂ ਆਰੰਭ ਹੀ ਹੁੰਦਾ ਹੈ। ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ, ਅਗਰ ਚਾਹ ਮਨ ਵਿੱਚ ਪਰਮਾਤਮਾ ਦੇ ਰਸਤੇ ਚੱਲਣ ਦਾ, ਤਾਂ ਸਭ ਤੋਂ ਪਹਿਲਾਂ ਜੀਵਨ ਦੇ ਅੰਤ ਨੂੰ ਪ੍ਰਵਾਨ ਕਰ ਦਿਓ, ਉਸ ਤੋਂ ਬਾਅਦ ਵਿੱਚ ਜੀਓ, ਫਿਰ ਜੀਵਨ ਕੀਮਤੀ ਹੋ ਜਾਏਗਾ। ਪਹਿਲਾਂ ਮਰਨ ਕਬੂਲ ਗੁਰਮਤਿ ਦਾ ਹੈ ਡੂੰਘਾ ਜੋ ਸਿਧਾਂਤ ਹੈ, ਆਰੰਭਿਕ ਸਿਧਾਂਤ ਹੈ, ਜੋ ਕਿ ਡਰ ਅਤੇ ਭੈ ਨੂੰ ਕੱਟਦਾ ਹੈ, ਕਿਉਂਕਿ ਜੋ ਜੀਵਨ ਨੂੰ ਬਹੁਤ ਡਾਢਾ ਪਿਆਰ ਕਰਦਾ ਹੈ ਉਹ ਮੌਤ ਨੂੰ ਡਰੇਗਾ। ਪਰ ਜੋ ਮੌਤ ਦੇ ਪਾਰ ਖੋ ਕੇ ਵਾਪਸ ਆ ਕੇ ਜੀਵਨ ਜਿਉਂਦਾ ਹੈ, ਉਸ ਲਈ ਜੀਵਨ ਦਾ ਲੋਭ ਔਰ ਮੌਤ ਦਾ ਡਰ ਸਮਾਪਤ ਹੋ ਜਾਂਦਾ ਹੈ। ਸੋ ਇਹ ਜੋ ਚਰਚਾ ਹੈ ਬਾਬਾ ਫਰੀਦ ਜੀ ਦੀ, ਆਰੰਭਿਕ ਜੋ ਸਲੋਕਾਂ ਦੀ, ਇਹ ਜੋ ਮਹਾਨ ਉਪਦੇਸ਼ ਹੈ, ਇਹ ਜੀਵਨ ਦੀ ਨਾਸ਼ਮਾਨਤਾ ਤੋਂ ਆਰੰਭ ਕਰਦੇ ਆ ਕਿ ਜਿਸ ਦਿਨ ਜੀਵਾਤਮਾ ਨੇ ਸਰੀਰ ਰੂਪ ਵਿੱਚ ਜਨਮ ਲਿਆ, ਉਸੇ ਦਿਨ ਹੀ ਲਿਖਿਆ ਗਿਆ ਇੱਥੋਂ ਤੁਰ ਜਾਣ ਦਾ ਸਮਾਂ ਨਿਸ਼ਚਿਤ ਹੈ। ਜਿੱਤ ਦਿਹਾੜਾ ਧਨਵਰੀ ਸਾਹੇ ਲੈ ਲਿਖਾਏ, ਔਰ ਕੀ ਹੋਇਆ ਮਲਕ ਜੇ ਕੰਨੀ ਸੁਣੀਂਦਾ, ਕਿਉਂਕਿ ਉਹ ਸਮਾਂ ਲਿਖਿਆ ਸੀ, ਉਹ ਸਮਾਂ ਨਿਯਤ ਸੀ, ਮੂੰਹ ਦਿਖਾ ਲਿਆ, ਆਇਆ ਹੈ ਉਹ
ਮੌਤ ਦਾ ਫਰਿਸ਼ਤਾ ਉਸਨੇ ਚਿਹਰਾ ਦਿਖਾਇਆ ਹੈ ਜੋ ਸੁਣਿਆ ਸੀ, ਕਿਉਂਕਿ ਮੌਤ ਦੇ ਸੰਬੰਧ ਵਿੱਚ ਇਨਸਾਨ ਸਦਾ ਸੁਣਦਾ ਹੈ ਕਿ ਕੋਈ ਤੁਰ ਗਿਆ ਹੈ, ਖਬਰਾਂ ਮਿਲਦੀਆਂ ਹਨ, ਕੋਈ ਤੁਰ ਗਿਆ ਹੈ, ਕਿਸੇ ਨੂੰ ਅਸੀਂ ਜਾਣਦੇ ਸੀ ਤੁਰ ਗਿਆ ਹੈ ਤਾਂ ਖਬਰ ਮਿਲੀ ਹੈ, ਸੁਣਿਆ ਹੈ, ਨਿੱਜੀ ਵਾਹ ਨਹੀਂ ਪਿਆ। ਮਲਕ ਜੇਕਰ ਨਹੀਂ ਸੁਣੀਦਾ, ਸੁਣਿਆ ਹੈ ਕਿ ਮੌਤ ਆਉਂਦੀ, ਨਿੱਜੀ ਵਾਹ ਨਹੀਂ ਪਿਆ। ਔਰ ਇਨਸਾਨ ਸਦਾ ਸੁਣਦਾ ਹੈ ਮੌਤ ਦੇ ਸੰਬੰਧ ਵਿੱਚ, ਮੌਤ ਦੇ ਨਾਲ ਨਿੱਜੀ ਵਾਹ ਇੱਕ ਹੀ ਵਾਰ ਪੈਂਦਾ ਹੈ, ਉਸ ਤੋਂ ਪਹਿਲਾਂ ਸਦਾ ਸੁਣਦਾ ਹੈ ਇਨਸਾਨ ਮੌਤ ਨੂੰ। ਦੂਸਰਿਆਂ ਦੇ ਸੰਬੰਧ ਵਿੱਚ ਕੋਈ ਜਾਂਦਾ ਹੈ, ਦੂਸਰਾ ਜਾਂਦਾ ਹੈ, ਤੀਸਰਾ ਜਾਂਦਾ ਹੈ, ਚੌਥਾ ਜਾਂਦਾ ਹੈ, ਸੁਣਨ ਵਾਲਾ ਸੁਣਦਾ, ਜਾਣਕਾਰੀ ਮਿਲਦੀ ਹੈ। ਮਲਕ ਜੇਕਰ ਨਹੀਂ ਸੁਣੀਦਾ, ਮੂੰਹ ਦਿਖਾ ਲੈ ਆਏ, ਆ ਕੇ ਬੈਠ ਗਿਆ, ਆ ਕੇ ਦਿਖਾਇਆ ਹੈ ਚਿਹਰਾ ਉਸਨੂੰ, ਭਾਵ ਅੰਤਿਮ ਸਮਾਂ ਆਇਆ ਹੈ ਜੀਵ ਦਾ। ਸਮਝਣਾ ਨਾਸ਼ਵੰਤਾ ਨੂੰ, ਮੌਤ ਨੂੰ, ਇਹ ਜ਼ਰੂਰੀ ਹੈ। ਅਗਰ ਕੋਈ ਸੱਚਮੁੱਚ ਪਰਮਾਤਮਾ ਦੇ ਰਸਤੇ ਤੇ ਚੱਲਣਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸਦੇ ਮਨ ਵਿੱਚੋਂ ਮੌਤ ਦਾ ਡਰ ਸਾਫ਼ ਹੋਣਾ ਚਾਹੀਦਾ ਹੈ, ਤਾਂ ਕਿ ਜੀਵਨ ਪ੍ਰਤੀ ਉਸਦਾ ਲੋਭ ਮੁੱਕੇ। ਔਰ ਜੀਵਨ ਦੇ ਪ੍ਰਤੀ ਲੋਭ ਤਾਂ ਹੀ ਮੁੱਕ ਸਕਦਾ ਹੈ ਅਗਰ ਮੌਤ ਦਾ ਡਰ ਮੁੱਕੇ, ਕਿਉਂਕਿ ਉਹ ਪੁਰਖ ਹਨ ਦੋਵੇਂ ਚੀਜ਼ਾਂ ਇੱਕ ਦੂਸਰੇ ਦੀਆਂ। ਜੀਵਨ ਦੇ ਪ੍ਰਤੀ ਮੋਹ ਔਰ ਮੌਤ ਦੇ ਪ੍ਰਤੀ ਡਰ ਇੱਕ ਸਿੱਕੇ ਦੇ ਦੋ ਪਾਸੇ ਹਨ। ਜਿਸਦਾ ਜੀਵਨ ਦੇ ਪ੍ਰਤੀ ਮੋਹ ਮੁੱਕੇਗਾ ਉਸਦਾ ਮੌਤ ਦੇ ਪ੍ਰਤੀ ਡਰ ਵੀ ਮੁੱਕੇਗਾ, ਜਿਸਦਾ ਮੌਤ ਦੇ ਪ੍ਰਤੀ ਡਰ ਮੁੱਕ ਗਿਆ ਉਸਦਾ ਜੀਵਨ ਦੇ ਪ੍ਰਤੀ ਲਾਲਚ ਔਰ ਮੋਹ ਮੁੱਕ ਗਿਆ। ਸੋ ਇਹ ਆਤਮਿਕ ਅਨੁਭਵ ਦੀ ਬਾਤ ਹੈ। ਸਰੀਰਕ ਤਲ ਤੇ ਜੋ ਜੀਂਦਾ ਹੈ ਸਿਰਫ ਸਰੀਰ ਨਾਲ, ਜਿਸਦਾ ਸਿਰਫ ਪਿਆਰ ਹੈ, ਉਹ ਡਰੇਗਾ ਮੌਤ ਤੋਂ। ਜਿਸਨੇ ਜੀਣਾ ਸਿੱਖਿਆ ਹੈ ਸਿਰਫ ਸਰੀਰਕ ਸੁੱਖ ਲਈ, ਇੰਦਰਿਆਵੀ ਸੁੱਖ ਲਈ, ਉਹ ਡਰੇਗਾ। ਉਸਦਾ ਡਰਨਾ ਕੁਦਰਤੀ ਹੈ, ਕਿਉਂਕਿ ਮੌਤ ਤੋਂ ਭਾਵ ਇੱਕ ਹੀ ਹੈ ਇੱਕ ਸਧਾਰਨ ਇਨਸਾਨ ਦੀ ਸੋਚ ਵਿੱਚ, ਕੀ ਸਰੀਰ ਦੀ ਮੌਤ। ਕਿਉਂਕਿ ਮਲਕ ਜੇਕਰ ਨਹੀਂ ਸੁਣੀਦਾ, ਦੇਖਿਆ ਹੈ ਜੋ ਮੌਤ ਦਾ ਦ੍ਰਿਸ਼, ਇਹੀ ਦੇਖਿਆ ਹੈ ਕਿ ਸਰੀਰ ਤਾਂ ਸਾਹਮਣੇ ਪਿਆ ਹੈ, ਉਸ ਵਿੱਚ ਜੀਵਨ ਨਹੀਂ। ਸਰੀਰ ਤਾਂ ਸਾਹਮਣੇ ਪਿਆ, ਜੀਵਨ ਨਹੀਂ। ਹੁਣ ਇਹ ਸਰੀਰ ਵਿਅਰਥ ਹੋ ਗਿਆ, ਇਸ ਤੋਂ ਕੋਈ ਸੁੱਖ ਨਹੀਂ ਉਠਾਇਆ ਜਾ ਸਕਦਾ, ਇਹ ਸਰੀਰ ਹੁਣ ਕੋਈ ਸੁੱਖ ਨਹੀਂ ਲੈ ਸਕਦਾ। ਸਰੀਰ ਰਹਿ ਗਿਆ, ਜੀਵਨ ਚਲਾ ਗਿਆ। ਬੜੀ ਪਿਆਰੀ ਪੰਕਤੀ ਹੈ ਗੁਰਬਾਣੀ ਦੀ ਕਿ ਐਸਾ ਖੇਲ ਹੈ ਨਾਸ਼ਮਾਨਤਾ ਦਾ ਕਿ ਜੋ ਸਰੀਰ ਆਇਆ ਸੀ ਨਾਲ ਇਸ ਧਰਤੀ ਤੇ, ਇਸ ਪ੍ਰਿਥਵੀ ਤੇ, ਇਸ ਮਾਤਲੋਕ ਤੇ ਸਾਡੇ ਨਾਲ, ਉਹ ਵੀ ਰੁਕ ਗਿਆ ਇੱਥੇ, ਅੱਗੇ ਨਹੀਂ ਗਿਆ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਸੋ ਸਰੀਰਕ ਤਲ ਤੇ ਜਿਉਣ ਵਾਲਾ ਇਨਸਾਨ ਡਰੇਗਾ, ਆਤਮਿਕ ਨਹੀਂ ਡਰੇਗਾ, ਆਤਮਿਕ ਬਾਹਰ ਹੈ। ਸੋ ਬਾਬਾ ਫਰੀਦ ਜੀ ਉਸ ਗਹਿਰੇ ਅਨੁਭਵ ਨੂੰ ਲੈ ਕੇ ਚੱਲਦੇ ਹਨ, ਖੁਸ਼ੀ ਦੇ ਵਿਆਹ ਦੇ ਪ੍ਰਤੀਕਾਂ ਦੇ ਨਾਲ ਆਰੰਭ ਕਰਦੇ ਹਨ ਮੌਤ ਦੀ ਤਰ੍ਹਾਂ। ਬੜੀ ਪਿਆਰੀ ਵਿਧੀ ਹੈ, ਇਹ ਵਿਧੀ ਦੱਸਦੀ ਹੈ ਕਿ ਕਿੰਨਾ ਗਹਿਰਾ ਅਨੁਭਵ ਹੈ ਬਾਬਾ ਜੀ ਦਾ ਕਿ ਮੌਤ ਨੂੰ ਜੀਵਨ ਦੀ ਜੋ ਸਭ ਤੋਂ ਵੱਡੀ ਖੁਸ਼ੀ ਹੈ ਉਸ ਦੀਆਂ ਤਸ਼ਬੀਹਾਂ ਦੇ ਨਾਲ ਬਿਆਨ ਕਰਦੇ ਹਨ। ਜਿੰਦ ਨੇ ਮਾਣੀ ਕੱਢੀ ਹੈ ਸਾਡਾ ਕੁੰਕੜਕਾ ਹੈ, ਤੇ ਕੀ ਕੀਤਾ ਹੈ ਉਸ ਮੌਤ ਦੇ ਫਰਿਸ਼ਤੇ ਨੇ, ਜਿੰਦ ਨੇ ਮਾਣੀ ਕੱਢ ਲਈ ਹੈ ਸਰੀਰ ਦੇ ਵਿੱਚੋਂ, ਹੱਡੀਆਂ ਨੂੰ ਕੜਕਾ ਕੇ ਜੀਵਨ ਕੱਢ ਲਿਆ ਹੈ ਸਰੀਰ ਦੇ ਵਿੱਚੋਂ ਉਸਨੂੰ। ਜਿੰਦ ਨੇ ਮਾਣੀ ਤੋਂ ਭਾਵ ਕਿ ਆਤਮਾ ਨਿਮਾਣੀ, ਇਨਸਾਨ ਨਿਮਾਣਾ, ਜਿੰਦ ਨਿਮਾਣੀ
ਨਿਮਾਣਾ ਹੈ ਇਨਸਾਨ ਉਸ ਜੋ ਨਾਸ਼ਮਾਨਤਾ ਦੇਖਦੇ ਔਰ ਇੱਕ ਹੀ ਹੈ ਉਹ ਜਗ੍ਹਾ ਜਿੱਥੇ ਹਰ ਕੋਈ ਨਿਮਾਣਾ ਹੈ, ਇੱਕ ਹੀ ਹੈ ਉਹ ਸਥਿਤੀ ਜਿੱਥੇ ਹਰ ਕੋਈ ਨਿਮਾਣਾ ਹੋ ਜਾਂਦਾ ਹੈ। ਵਰਨਾ ਇਸ ਸੰਸਾਰ ਤੇ ਵੱਡੇ ਤੋਂ ਵੱਡੇ ਤਾਕਤਵਰ ਲੋਕ ਬੈਠੇ ਹਨ, ਵੱਡੇ ਤੋਂ ਵੱਡੇ ਸ਼ਕਤੀਆਂ ਦੇ ਪਹਾੜਾਂ ਤੇ ਲੋਕ ਬੈਠੇ ਹਨ। ਕੋਈ ਰਾਜਨੀਤਿਕ ਤਾਕਤ ਰੱਖਦਾ ਹੈ, ਕੋਈ ਆਰਥਿਕ ਤਾਕਤ ਰੱਖਦਾ ਹੈ, ਕੋਈ ਸਮਾਜਿਕ ਤਾਕਤ ਰੱਖਦਾ ਹੈ, ਕੋਈ ਪਰਿਵਾਰਕ, ਕੋਈ ਨਿਮਾਣਾ ਹੋ ਸਕਦਾ ਕਿਸੇ ਸਥਿਤੀ ਦੇ ਵਿੱਚ ਕੋਈ ਨਿਮਾਣਾ ਹੋਵੇ ਪਰ ਦੂਸਰੀ ਸਥਿਤੀ ਵਿੱਚ ਉਹ ਤਾਕਤਵਰ ਹੋਵੇ ਕਿ ਨਹੀਂ। ਇੱਥੇ ਤਾਂ ਮੈਂ ਦੂਸਰੇ ਤੋਂ ਅਲੱਗ, ਪਰ ਇੱਕ ਐਸੀ ਅਵਸਥਾ ਹੈ ਨਾਸ਼ਮਾਨਤਾ ਦੀ, ਮੌਤ ਦੀ, ਜਿੱਥੇ ਸਭ ਬਰਾਬਰ ਹਨ, ਸਭ ਨਿਮਾਣੇ ਹਨ, ਉੱਥੇ ਕਿਸੇ ਦੀ ਚਾਲ ਨਹੀਂ। ਬੜਾ ਪਿਆਰਾ ਅਨੁਭਵ ਹੈ ਗੁਰਬਾਣੀ, ਬੜਾ ਪਿਆਰਾ ਉਪਦੇਸ਼ ਹੈ ਗੁਰਬਾਣੀ ਵਿੱਚ। ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿਡਾਨੀ, ਐਸੀ ਹੈ ਮਹਾਨ ਮੌਤ ਕਿ ਰਾਜਾ ਤੇ ਪਰਜਾ ਦੋਨਾਂ ਬਰਾਬਰ ਦੇ ਆਧਾਰ ਦੇ ਉੱਤੇ ਵਰਤਦੀ ਹੈ, ਉਹਨਾਂ ਦੇ ਨਾਲ ਘਟਦੀ ਹੈ, ਉਹਨਾਂ ਦੇ ਨਾਲ ਬਰਾਬਰਤਾ ਦੇ ਆਧਾਰ ਦੇ ਉੱਤੇ ਮੌਤ ਲੈ ਜਾਂਦੀ ਹੈ, ਰਾਜੇ ਨੂੰ ਵੀ ਪਰਜਾ ਨੂੰ। ਇੱਕ ਭਿਖਾਰੀ ਜੋ ਇੱਕ ਇੱਕ ਰੋਟੀ ਦੀ ਬੁਰਕੀ ਨੂੰ ਤਰਸਦਾ ਹੈ, ਸੜਕ ਦੇ ਕੰਢੇ ਬੈਠਾ ਹੈ, ਔਰ ਇੱਕ ਰਾਜਾ ਹੈ, ਇੱਕ ਡਿਕਟੇਟਰ ਹੈ, ਦੂਸਰਾ ਕਿਸੇ ਦੇਸ਼ ਦਾ, ਕਿਸੇ ਬੜੇ ਅਮੀਰ ਦੇਸ਼ ਦਾ ਡਿਕਟੇਟਰ ਹੈ, ਰਾਜਾ ਹੈ, ਪ੍ਰੈਜੀਡੈਂਟ ਹੈ, ਪ੍ਰਾਈਮ ਮਿਨਿਸਟਰ ਹੈ, ਮੌਤ ਨਹੀਂ ਦੇਖੇਗੀ। ਇੱਕ ਭਿਖਾਰੀ ਤੇ ਸਭ ਤੋਂ ਜੋ ਤਾਕਤਵਰ ਇਨਸਾਨ ਹੋਏਗਾ ਇਸ ਧਰਤੀ ਤੇ, ਉਸਨੂੰ ਵੀ ਇੱਕ ਸਮਾਨ ਕਰਕੇ ਵਰਤੇਗੀ ਦੋਵਾਂ ਦੇ ਨਾਲ। ਸਭ ਤੋਂ ਵੱਡੀ ਬਰਾਬਰਤਾ ਔਰ ਸਭ ਤੋਂ ਵੱਡੀ ਜੋ ਬਰਾਬਰਤਾ ਦੀ ਅਨੁਪਾਤ ਹੈ ਉਹ ਮੌਤ ਦੀ ਹੈ, ਉਹ ਕਾਲ ਦੀ। ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿੜਾਨੀ, ਗਹਿਰੀ ਪਹੁੰਚ ਹੈ ਬਰਾਬਰਤਾ ਦੀ ਆਧਾਰ ਤੇ, ਮੌਤ ਦੀ। ਹੋਰ ਕਿਸੇ ਵੀ ਤਲ ਤੇ ਇਨਸਾਨ ਕਦੇ ਬਰਾਬਰ ਨਹੀਂ ਹੁੰਦਾ, ਇਸ ਤਲ ਤੇ ਹੋਣਾ ਪੈਂਦਾ ਹੈ। ਜਿੰਦ ਨਿਮਾਣੀ, ਇੱਥੇ ਨਿਮਾਣੀ ਹੈ ਜਿੰਦ, ਇੱਥੇ ਕੋਈ ਚਤੁਰਾਈ ਨਹੀਂ ਚੱਲਦੀ। ਕੋਸ਼ਿਸ਼ ਚੱਲਦੀ ਹੈ ਇਨਸਾਨ ਦੀ ਮੌਤ ਦੇ ਨਾਲ ਟੱਕਰ ਲੈਣ ਦੀ। ਗਿਆਨ ਵਿਗਿਆਨ ਦੀਆਂ ਡੂੰਘੀਆਂ ਜੋ ਖੋਜਾਂ ਹਨ ਉਹ ਕੋਸ਼ਿਸ਼ ਕਰਦੀਆਂ ਹਨ ਮੌਤ ਦੇ ਪਾਰ ਜਾਣ ਦੀਆਂ, ਕਿ ਇਨਸਾਨ ਜਵਾਨ ਰਹੇ ਸਦਾ, ਬੁਢਾਪਾ ਨਾ ਆਵੇ, ਮੌਤ ਨਾ ਆਵੇ, ਇਹ ਸਰੀਰ ਚੱਲਦਾ ਰਹੇ ਸਦਾ। ਕੋਸ਼ਿਸ਼ ਹੈ, ਚੱਲਦੀਆਂ ਹਨ ਕੋਸ਼ਿਸ਼ਾਂ, ਪਰ ਅਸਫਲ ਹੈ ਮਨੁੱਖਤਾ ਦੀ ਹਰ ਪਹੁੰਚ, ਹਰ ਖੋਜ ਮੌਤ ਦੇ ਸੰਬੰਧ ਵਿੱਚ। ਨਹੀਂ, ਉਹ ਗੱਲ ਪਕੜ ਵਿੱਚ ਨਹੀਂ ਆਉਂਦੀ, ਕੋਸ਼ਿਸ਼ ਜਾਰੀ ਹੈ ਮੌਤ ਨੂੰ ਪਾਰ ਕਰ ਲੈਣ ਦੀ। ਕੋਸ਼ਿਸ਼ ਜਾਰੀ ਹੈ ਮੌਤ ਤੋਂ ਪਾਰ ਜਾਣ ਦੀ, ਕਿ ਮੌਤ ਹਟ ਜਾਵੇ ਔਰ ਸਰੀਰ ਅਮਰ ਹੋ ਜਾਵੇ। ਪਰ ਉਹ ਸਾਰੀਆਂ ਕੋਸ਼ਿਸ਼ਾਂ ਸਰੀਰਕ ਤਲ ਤੇ ਹਨ, ਸਰੀਰ ਬਚ ਜਾਵੇ, ਕਿਉਂਕਿ ਮਨੁੱਖਤਾ ਦੇ ਜੀਵਨ ਦਾ ਆਧਾਰ ਸਰੀਰ ਹੈ, ਆਤਮਾ ਨੇ। ਸੋ ਸਰੀਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹਨ, ਸਰੀਰ ਜਵਾਨ ਰਹੇ, ਸਰੀਰ ਮਨ ਭਾਉਂਦੇ ਰਸਾਂ ਦਾ ਜੋ ਭੋਗ ਕਰਦਾ ਰਹੇ, ਸਰੀਰ ਨੂੰ ਬਚਾਉਣ ਦੀ ਕੋਸ਼ਿਸ਼ ਹੈ। ਪਰ ਗੁਰਬਾਣੀ ਦੀ ਜੋ ਪਹੁੰਚ ਹੈ ਉਹ ਸਰੀਰ ਤੋਂ ਬਾਹਰ ਹੈ। ਨਾਨਕ ਜੀਵ ਤਿਆ ਮਰ ਰਹੀ ਹੈ ਐਸਾ ਜੋਗ ਕਮਾਈ ਹੈ, ਜੀਵ ਤਿਆ ਮਰ ਰਹੀ ਹੈ। ਆਤਮਿਕ ਤਲ ਤੇ ਮੌਤ ਤੇ ਜਿੱਤ ਪ੍ਰਾਪਤ ਕਰਨੀ ਹੈ, ਸਰੀਰਕ ਤਲ ਤੇ ਨਹੀਂ। ਸਰੀਰ ਜਾਵੇਗਾ, ਜੋ ਜਨਮੈ ਸੋ ਜਨਮ ਮੂਆ, ਗੁਰਬਾਣੀ ਦਾ ਬੜਾ ਪਿਆਰਾ ਡੂੰਘਾ ਵਾਕ ਹੈ ਕਿ ਜਿਸਨੇ ਜਨਮ ਲੈ ਲਿਆ ਇਹ ਤਾਂ ਇੱਕ ਦਿਨ ਜਾਵੇਗਾ, ਇਹ ਤਾਂ ਗੱਲ ਤੈਅ ਹੋ ਗਈ ਕਿ ਇਹ ਇੱਕ ਦਿਨ ਜਾਵੇਗਾ। ਸੋ ਜਨ ਹੁਣ ਹੋਆ, ਸਮਝੋ ਕਿ ਇਹ ਤਾਂ ਗਿਆ,
ਵਕਤ ਲੱਗੇਗਾ 50, 60, 70, 100 ਕੋਈ ਬੜਾ ਲੰਮਾ ਜੀਵੇਗਾ 100 ਸਾਲ ਤੋਂ ਉੱਪਰ ਦੀ ਉਮਰ ਪਰ ਨਿਯਤ ਹੈ ਆਤਮਿਕ ਜੀਵਨ ਡੂੰਘਾ ਹੈ ਆਤਮਿਕ ਜੀਵਨ ਦੀ ਗੱਲ ਗੁਰਬਾਣੀ ਨੇ ਕੀਤੀ ਹੈ ਮੌਤ ਦੇ ਸਾਹਮਣੇ ਜਿੰਦ ਨਿਮਾਣੀ ਜਿੰਦ ਨਿਮਾਣੀ ਕੱਢੀ ਹੈ ਹੱਡਾਂ ਨੂੰ ਭੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਖੂਹ ਸਮਝਾਏ ਜੋ ਲਿਖਿਆ ਗਿਆ ਜੋ ਤੈਅ ਹੋ ਗਿਆ ਉਹਨੂੰ ਬਦਲੇਗਾ ਜੋ ਸਮਾਂ ਸੀ ਜਾਣਦਾ ਉਹ ਆਵੇਗਾ ਸਾਹੇ ਲਿਖੇ ਨਾ ਚੱਲਣੀ ਜਿੰਦੂ ਖੂਹ ਸਮਝਾਏ ਆਤਮਾ ਨੂੰ ਸਮਝਾ ਕਿ ਉਹ ਵਕਤ ਨਹੀਂ ਬਦਲੇਗਾ ਪਰ ਸ਼ਬਦਾਂ ਦੀ ਜੋ ਚੋਣ ਹੈ ਫਿਰ ਲਿਖਦੇ ਹਨ ਸਾਹੇ ਲਿਖੇ ਨਾ ਚੱਲਣੀ ਖੁਸ਼ੀ ਦੇ ਪ੍ਰਤੀਕਾਂ ਦਾ ਪ੍ਰਯੋਗ ਕਰਦੇ ਹਨ ਔਰ ਹਰ ਕੋਈ ਸਮਝੇ ਇਸ ਗੱਲ ਨੂੰ ਕਿਉਂਕਿ ਇਹ ਕੋਈ ਦੁੱਖ ਦਾ ਵਿਸ਼ਾ ਨਹੀਂ ਇਹ ਕੋਈ ਡਰ ਦਾ ਔਰ ਭੈੜਾ ਵਿਸ਼ਾ ਨਹੀਂ ਮੌਤ ਗੁਰਮੁਖ ਦੇ ਅਨੁਸਾਰ ਹੋ ਸਕਦਾ ਹੈ ਦੂਸਰੇ ਧਰਮਾਂ ਦੀ ਕੁਛ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਹੋਵੇ ਕਿ ਮੌਤ ਡਰ ਦੁੱਖ ਭੈੜਾ ਵਿਸ਼ਾ ਹੋ ਪਰ ਗੁਰਮਤਿ ਵਿੱਚ ਨਹੀਂ ਗੁਰਮਤਿ ਤਾਂ ਪਹਿਲਾਂ ਕਹਿੰਦੀ ਹੈ ਪ੍ਰਵਾਨ ਕਰ ਇਸ ਮੌਤ ਨੂੰ ਫਿਰ ਆਈ ਮੇਰੇ ਰਸਤੇ ਤੇ ਕੋਈ ਨਾ ਪ੍ਰਵਾਨ ਕਰੇ ਉਹ ਗੱਲ ਵੱਖਰੀ ਹੈ ਕੋਈ ਨਾ ਸੁਣਨਾ ਚਾਹੇ ਮੌਤ ਦੀ ਗੱਲ ਚਾਹੇ ਉਹ ਗੁਰਬਾਣੀ ਰੂਪ ਵਿੱਚ ਹੋਵੇ ਚਾਹੇ ਗੁਰਬਾਣੀ ਦੀਆਂ ਪੰਕਤੀਆਂ ਮੌਤ ਦਾ ਨਾਸ਼ਮਾਂਤ ਦਾ ਜ਼ਿਕਰ ਕਰਨ ਹੋ ਸਕਦਾ ਕਿਸੇ ਨੂੰ ਡਰ ਲੱਗੇ ਸੁਣ ਕੇ ਪਰ ਸੱਚ ਹੈ ਕੋਈ ਆਪਣੀਆਂ ਅੱਖਾਂ ਬੰਦ ਕਰਕੇ ਸੱਚ ਤੋਂ ਮੁਨਕਰ ਨਹੀਂ ਹੋ ਸਕਦਾ ਸੱਚ ਸਦਾ ਸੱਚ ਰਹਿਣਾ ਬਦਲਦਾ ਨਹੀਂ ਸੋ ਖੁਸ਼ੀ ਦੇ ਪ੍ਰਤੀਕ ਨਾਲ ਨਾਲ ਪ੍ਰਯੋਗ ਵਿੱਚ ਲਿਆਉਂਦੇ ਹਨ ਬਾਬਾ ਫਰੀਦ ਜੀ ਸਾਹੇ ਲਿਖੇ ਨਾ ਜਲਦੀ ਜਿੰਦੂ ਕੋ ਸਮਝਾਏ ਬਦਲੇਗਾ ਨਹੀਂ ਵਕਤ ਤੋਂ ਆਤਮਾ ਨੂੰ ਸਮਝਾ ਜਿੰਦ ਵਹਦੀ ਮਰਨ ਵੱਲ ਲੈ ਜਾਸੀ ਪਰਣਾ ਹੈ ਆਪਣੀਆਂ ਜੋ ਤਸ਼ਬੀਹਾਂ ਹਨ ਜੋ ਉਦਾਹਰਣਾਂ ਹਨ ਖੂਬਸੂਰਤ ਤਰੀਕੇ ਨਾਲ ਪ੍ਰਯੋਗ ਕੀਤਾ ਹੈ ਬਾਬਾ ਫਰੀਦ ਜੀ ਨੇ ਉਹਨਾਂ ਨੂੰ ਇੱਥੇ ਸਾਫ ਕਰਦੇ ਹਨ ਇਸ ਪੰਕਤੀ ਵਿੱਚ ਕਿ ਕੀ ਜ਼ਿਕਰ ਕੀ ਕਰ ਰਹੇ ਹਨ ਕਿ ਜੋ ਉਹਨਾਂ ਨੇ ਪਿੱਛੇ ਪ੍ਰਤੀਕ ਦਿੱਤੇ ਹਨ ਕੰਨਿਆਂ ਦੇ ਜਿੱਥੇ ਦਿਹਾੜਾ ਧਨ ਵਰੇ ਉਹ ਪ੍ਰਤੀਕ ਕੀ ਹਨ ਸਾਫ ਕਰਦੇ ਹਨ ਜਿੰਦ ਵਹੁਟੀ ਆਤਮਾ ਹੈ ਜੋ ਵਿਆਹ ਵਾਲੀ ਕੰਨਿਆ ਹੈ ਵਹੁਟੀ ਆਤਮਾ ਉਹ ਹੈ ਮਨ ਵਰ ਔਰ ਮੌਤ ਹੈ ਜੋ ਵਿਆਹ ਵਾਲਾ ਲੜਾ ਹੈ ਲੈ ਜਾਸੀ ਪ੍ਰਣਾਏ ਉਹ ਲੈ ਜਾਵੇਗਾ ਆਤਮਾ ਨੂੰ ਲੈ ਜਾਵੇਗਾ ਆਪਣੇ ਨਾਲ ਅਧਿਕਾਰ ਹੈ ਉਸਦਾ ਕਿਉਂਕਿ ਇੱਥੇ ਜੋ ਸ਼ਬਦ ਚੁਣੇ ਹਨ ਅਧਿਕਾਰ ਹੈ ਲਾੜੇ ਦਾ ਕਿ ਉਹ ਵਿਆਹ ਕੇ ਜੋ ਕੰਨਿਆ ਹੈ ਉਸਨੂੰ ਲੈ ਜਾਵੇ ਆਪਣੇ ਨਾਲ ਉਧਰ ਅਧਿਕਾਰ ਹੈ ਮੌਤ ਦਾ ਕਿ ਉਹ ਲੈ ਜਾਵੇ ਆਤਮਾ ਨੂੰ ਸਮਾਂ ਆਉਂਦ ਜੋ ਸਮਾਂ ਲਿਖਿਆ ਹੈ ਸਾਹੇ ਲੈ ਲਿਖਾ ਹੈ ਜੋ ਸਮਾਂ ਲਿਖਿਆ ਹੈ ਉਸਨੂੰ ਲੈ ਜਾਵੇ ਆਪਣ ਹੱਥੀ ਜੋਲ ਕਹਿ ਕਹਿ ਕਰਨ ਲੱਗਿਆ ਹੈ ਪ੍ਰਸ਼ਨ ਵਾਚਕ ਪੰਕਤੀਆਂ ਹਨ ਆਪਣ ਹੱਥੀ ਤੋਰਿਆ ਹੈ ਦੇਹੀ ਆਪ ਨੂੰ ਤੋੜ ਦਿੱਤਾ ਹੈ ਹੁਣ ਕਿਸਦੇ ਗਲ ਲੱਗ ਕੇ ਰੋਵੇ ਕਿਉਂਕਿ ਉਸਦਾ ਜੋ ਆਧਾਰ ਸੀ ਉਹ ਸਦਾ ਤੋਂ ਆਤਮਾ ਸੀ ਜੀਵਨ ਸਰੀਰ ਦਾ ਪੂਰਾ ਆਧਾਰ ਜੀਵਨ ਸੀ ਸਾਡਾ ਸਰੀਰ ਚੱਲਦਾ ਹੈ ਜੀਵਨ ਦੇ ਆਧਾਰ ਤੇ ਜੀਵਤ ਹੈ ਜੀਵਨ ਕਰਕੇ ਵਰਨਾ ਮਿੱਟੀ ਹੈ ਵਰਨਾ ਕੀਮਤ ਕੀ ਹੈ ਕੁਛ ਵੀ ਨਹੀਂ ਜੀਵਨ ਤੋਂ ਬਿਨਾਂ ਇਸ ਸਰੀਰ ਦੀ ਕੀ ਕੀਮਤ ਹੈ ਕੁਛ ਨਹੀਂ ਭਗਤ ਕਬੀਰ ਜੀ ਬੜਾ ਪਿਆਰਾ ਪ੍ਰਤੀਕ ਚੁਣਦੇ ਹਨ ਇਸ ਸੰਬੰਧ ਵਿੱਚ ਕਹਿੰਦੇ ਹਨ ਕਿ ਮਰ ਜਾਵੇ ਇਨਸਾਨ
ਕਿਸੇ ਕੰਮ ਨਹੀਂ ਆਉਂਦਾ। ਪਸ਼ੂ ਮਰ ਜਾਵੇ ਤੇ ਕਈ ਕੰਮ ਆਉਂਦਾ ਹੈ, ਪਸ਼ੂ ਮਰ ਜਾਵੇ ਤੇ ਕਈ ਕੰਮ ਆਉਂਦਾ ਹੈ, ਇਨਸਾਨ ਕਿਸੇ ਕੰਮ ਨਹੀਂ ਆਉਂਦਾ। ਨਰ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕੀ ਜਾਣਾ ਆਪਣੇ ਕਰਮ ਦੀ ਗੱਲ, ਮੈਂ ਕਿਆ ਜਾਣਦਾ ਬਾਬਾ ਰੇ ਕੀ ਹੈ ਮੇਰੇ ਪੱਲੇ, ਕੀ ਜਾਣਾ ਮੈਂ। ਸੁਤੋਰੇ ਕੀ ਜਦੋਂ ਆਤਮਾ ਦੇਹੀ ਕਿਸਦੇ ਗੜ ਲੱਗ ਕੇ ਰੋਏਗੀ, ਕੋਈ ਆਸਰਾ ਨਹੀਂ ਬਚੇਗਾ ਪਿੱਛੇ। ਵਾਲੋ ਨੀ ਕੀ ਪੁਰਸਲਾਤ, ਕੰਨੀ ਨਾ ਸੁਣੀਆ ਹੈ ਪ੍ਰਸ਼ਨ ਵਾਚ ਪੰਕਤੀਆਂ, ਜੇ ਪ੍ਰਸ਼ਨ ਕਰਦਾ ਹੈ ਕੋਈ ਕਿਸੇ ਤੇ ਕਿ ਪੁਰਸਲਾਤ ਦਾ ਉਹ ਪੁੱਲ ਇਸਲਾਮਿਕ ਰਹੋ ਰੀਤਾਂ ਦੇ ਮੁਤਾਬਿਕ ਮੌਤ ਤੋਂ ਬਾਅਦ ਇੱਕ ਪੁੱਲ ਦੇ ਉੱਪਰ ਆਤਮਾ ਨੂੰ ਗੁਜ਼ਰਨਾ ਪੈਂਦਾ ਹੈ ਜੋ ਬਹੁਤ ਬਾਰੀਕ ਹੈ। ਕਿੰਨਾ ਬਾਰੀਕ ਹੈ? ਵਾਲੋ ਨੀ ਕੀ ਪੁਰਸਲਾਤ, ਇਹ ਤਸ਼ਬੀਹਾਂ ਇਸਲਾਮਿਕ ਜਗਤ ਤੋਂ ਲਈਆਂ ਹਨ ਬਾਬਾ ਫਰੀਦ ਜੀ ਨੇ, ਔਰ ਇਹ ਗੁਰਮਤ ਦਾ, ਗੁਰਬਾਣੀ ਦਾ, ਸਿੱਖ ਧਰਮ ਦਾ, ਗੁਰੂ ਮਹਾਰਾਜ ਜੀ ਦੀ ਬਹੁਤ ਹੀ ਸੈਕੂਲਰ ਔਰ ਨਿਰਪੱਖ ਔਰ ਆਜ਼ਾਦ ਸੋਚ ਦਾ ਸਬੂਤ ਹੈ ਕਿ ਇਹ ਤਸ਼ਬੀਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮੌਜੂਦ ਹਨ, ਔਰ ਸਮੂਹ ਸਿੱਖ ਜਗਤ ਇਹਨਾਂ ਨੂੰ ਮੱਥਾ ਟੇਕਦਾ ਹੈ ਕਿ ਜਦੋਂ ਬਾਬਾ ਫਰੀਦ ਜੀ ਕਹਿੰਦੇ ਹਨ ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜ਼ਾਰ, ਤੇ ਇਹਨਾਂ ਪੰਕਤੀਆਂ ਦਾ ਜੋ ਕੀਰਤਨ ਹੈ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਹੁੰਦਾ ਹੈ। ਸੁਬਹ ਨਿਵਾਜ ਗੁਜ਼ਾਰ, ਮਹਾਨ ਜੋ ਵੱਡੇ ਵੱਡੇ ਸਿੱਖ ਧਰਮ ਨਾਲ ਸੰਬੰਧਿਤ ਇਤਿਹਾਸਿਕ ਸਥਾਨ ਹਨ, ਸ੍ਰੀ ਹਰਿਮੰਦਰ ਸਾਹਿਬ ਜੋ ਪਰਮ ਉੱਚੇ ਸਥਾਨ ਹਨ ਸਿੱਖ ਧਰਮ ਦੇ, ਉੱਥੇ ਇਹਨਾਂ ਪੰਕਤੀਆਂ ਦਾ ਕੀਰਤਨ ਹੁੰਦਾ ਹੈ ਔਰ ਸੰਗਤਾਂ ਮਨ ਚਿੱਤ ਇਕਾਗਰ ਕਰਕੇ ਸੁਣਦੀਆਂ ਹਨ ਕਿ ਸੁਬਹ ਨਿਵਾਜ ਗੁਜ਼ਾਰ। ਇਹ ਉਦਾਹਰਣ ਹੈ ਸਕੁਲ ਰਜ਼ੂਮ ਦੀ, ਇਹ ਉਦਾਹਰਣ ਹੈ ਨਿਰਪੱਖਤਾ ਦੀ, ਇਹ ਉਦਾਹਰਣ ਹੈ ਧਾਰਮਿਕ ਆਜ਼ਾਦੀ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਅਤੇ ਇਹ ਮਹਾਨ ਆਜ਼ਾਦ ਖਿਆਲ ਹਨ ਸਤਿਗੁਰਾਂ ਦੇ ਜਿਹਨਾਂ ਨੇ ਇਹਨਾਂ ਪ੍ਰਤੀਕਾਂ ਨੂੰ ਚੁਣਿਆ ਹੈ ਗੁਰਬਾਣੀ ਦੇ ਨਾਲ ਔਰ ਸਮੂਹ ਵਿਸ਼ਵ ਮੱਥਾ ਟੇਕਦਾ ਹੈ। ਇਹ ਤਸ਼ਬੀਹਾਂ ਗੁਰਬਾਣੀ ਦੀਆਂ ਨੇ, ਗੁਰਬਾਣੀ ਦੇ ਬਰਾਬਰ ਹਨ। ਕਦਰ ਕੀਤੀ ਹੈ ਗੁਰੂ ਮਹਾਰਾਜ ਨੇ ਮਹਾਨ ਖਿਆਲਾਂ ਦੀ, ਕਦਰ ਕੀਤੀ ਹੈ ਗੁਰੂ ਮਹਾਰਾਜ ਨੇ ਬ੍ਰਹਮ ਗਿਆਨ ਨਾਲ ਸੰਬੰਧਿਤ ਵੱਖ ਵੱਖ ਬਲਬਲਿਆਂ। ਵਾਲੋ ਨੀਤੀ ਪੁਰਸਲਾਤ, ਕੰਨੀ ਨਾ ਸੁਣੀ ਆਏ, ਸੁਣੀ ਨਹੀਂ ਕੀ ਕਦੀ, ਕੰਨਾਂ ਦੇ ਨਾਲ ਕੀ ਕਦੀ ਸੁਣਿਆ ਨਹੀਂ ਕਿ ਵਾਲ ਤੋਂ ਨਿਕਲਿਆ ਹੈ ਪੁਰਸਲਾਤ ਦਾ ਉਹ ਪੁੱਲ ਜਿੱਥੋਂ ਆਤਮਾ ਗੁਜ਼ਰਦੀ ਹੈ। ਇਹ ਇੱਕ ਸਿੰਬਲ ਹੈ, ਇਸ ਤੋਂ ਭਾਵ ਹੈ ਕਿ ਮੌਤ ਦਾ ਰਸਤਾ ਇੰਨਾ ਬਾਰੀਕ ਹੈ ਕਿ ਉੱਥੇ ਕੋਈ ਨਾਲ ਨਹੀਂ ਜਾ ਸਕਦਾ। ਧਨ ਦੌਲਤ ਪਦਾਰਥ ਅਲੱਗ ਗੱਲ ਹੈ, ਸਾਡੀਆਂ ਲੋਭ ਲਾਲਚ ਸਾਡੇ ਸੰਕਲਪ ਸਾਡੇ ਫੁਰਨੇ ਵੀ ਸਾਡੇ ਨਾਲ ਨਾ, ਉਹ ਵੀ ਸਫ਼ਰ ਨਹੀਂ ਕਰਨਗੇ, ਸਭ ਰਹਿ ਜਾਏਗਾ। ਉੱਥੇ ਤੁਰਨਾ ਬੜਾ ਬਰੀਕ ਹੋਵੇਗਾ, ਸਭ ਰਿਸ਼ਤੇ ਨਾਤੇ ਪਿੱਛੇ ਰੱਖਣੇ ਪੈਣਗੇ। ਉਹ ਪੁੱਲ ਜੇ ਇੱਕ ਤਸ਼ਬੀਹ ਹੈ ਤੁਰਨ ਦੀ ਕਿ ਉਸ 'ਤੇ ਤੁਰਨਾ, ਉੱਥੇ ਜਗ੍ਹਾ ਨਹੀਂ, ਸਭ ਪਿੱਛੇ ਰਹੇਗਾ। ਕੰਨੀ ਨਾ ਸੁਣੀਆਂ, ਸੁਣਿਆ ਨਹੀਂ, ਕੰਨਾਂ ਨਾਲ ਕਦੇ ਸੁਣਿਆ ਨਹੀਂ ਕਿ ਵਾਲ ਤੋਂ ਨਿਕਲਿਆ ਹੈ ਪੁਰਸ ਲਾਤਾ ਉਹ ਪੁੱਲ। ਫਰੀਦਾ ਕਿਹੜੀ ਪਵਨ ਦੀ ਖੜਾ ਨਾ ਆਪ ਮੁਹਾਰੇ, ਬੜੀ ਪਿਆਰੀ ਪੰਕਤੀ ਨਾਲ ਇਹ ਪਹਿਲਾ ਜੋ ਸਲੋਕ ਜੋ ਕਈ ਪੰਕਤੀਆਂ ਦਾ ਸਲੋਕ ਹੈ ਉਸਦੀ ਸਮਾਪਤੀ ਕਰਦੇ ਹਨ ਕਿ ਫਰੀਦਾ ਕਿਹੜੀ ਪਵਨ ਦੀ, ਇਹ ਕੰਨਾਂ ਦੇ ਵਿੱਚ ਆਵਾਜ਼ਾਂ ਪੈ ਰਹੀਆਂ ਹਨ
ਖੜਾ ਨਾ ਮੁਹਾਏ ਕਿਉਂ ਖੜਾ ਆਪਣਾ ਨੁਕਸਾਨ ਕਰੀ ਜਾ ਰਿਹਾ, ਕਿਉਂ ਸਮਾਂ ਬਰਬਾਦ ਕਰ ਰਿਹਾ। ਦੇਖ ਚੱਲਣ ਦਾ ਜਿਹੜਾ ਆਉਣਾ, ਦੇਖ ਨਿਯਤ ਹੈ ਉਹ ਸਮਾਂ। ਜੀਵਨ ਨੂੰ ਜਿਉਂਦਿਆਂ ਜਿਉਂਦਿਆਂ ਉਸ ਵਿੱਚ ਇੰਨਾ ਨਾ ਡੁੱਬ ਜਾਵੀਂ ਕਿ ਜਿਸ ਦਿਨ ਚੱਲਣ ਦਾ ਵੇਲਾ ਆਵੇ ਉਸ ਦਿਨ ਤੂੰ ਖੜਾ ਖੜਾ ਬਿਲਕੁਲ ਭੁਮਤਰੇ ਜਾਵੇ, ਸਮਝ ਨਾ ਆਵੇ ਕਿ ਕੀ ਕਰਨਾ। ਯਾਦ ਰੱਖ ਇਸ ਚੀਜ਼ ਨੂੰ, ਤਿਆਰ ਰਹਿ ਸਕਦਾ ਇਸ ਲਈ। ਜੋ ਮੌਤ ਲਈ ਤਿਆਰ ਹੈ, ਜੋ ਮੌਤ ਲਈ ਸਦਾ ਤਿਆਰ ਹੈ, ਜੀਵਨ ਜਿਉਣ ਦਾ ਹੱਕ ਉਹੀ ਇਨਸਾਨ ਰੱਖਦਾ ਹੈ ਔਰ ਦੂਸਰਾ ਨਹੀਂ। ਜੋ ਮੌਤ ਨੂੰ ਸਦਾ ਯਾਦ ਰੱਖਦਾ ਹੈ, ਜੀਵਨ ਜਿਉਣ ਦਾ ਡੂੰਘਾ ਜੋ ਅਨੁਭਵ ਹੈ, ਜੋ ਡੂੰਘੀ ਖੁਸ਼ੀ ਹੈ, ਉਸ ਇਨਸਾਨ ਕੋਲ ਹੈ, ਦੂਸਰੇ ਕੋਲ ਆ ਨਹੀਂ ਸਕਦਾ। ਦੂਸਰਾ ਡਰਿਆ ਹੈ, ਡਰ ਅਤੇ ਖੁਸ਼ੀ ਮੇਲ ਨਹੀਂ ਖਾਂਦੀਆਂ ਚੀਜ਼ਾਂ ਤੋਂ। ਜੀਵਨ ਜਿਉਣ ਦਾ ਆਨੰਦ ਉਸ ਕੋਲ ਹੈ ਜੋ ਯਾਦ ਰੱਖਦਾ ਹੈ ਮੌਤ ਨੂੰ। ਯੂਨਾਨ ਦਾ ਇੱਕ ਬੜਾ ਪ੍ਰਸਿੱਧ ਕਵੀ ਹੋਇਆ, ਬਹੁਤ ਪੁਰਾਣਾ, ਹੋਮਰ ਉਸਦਾ ਨਾਮ, ਫਕੀਰ ਤਬੀਬ ਦਾ ਕਵੀ ਸੀ। ਪੂਰੇ ਯੂਨਾਨ ਦੇਸ਼ ਦੀਆਂ ਗਲੀਆਂ ਦੇ ਵਿੱਚ ਉਹ ਫਕੀਰੀ ਵਾਲਾ ਲਿਬਾਸ ਪਾ ਕੇ ਘੁੰਮਦਾ ਰਿਹਾ, ਕਵਿਤਾ ਲਿਖਦਾ ਰਿਹਾ। ਆਪਣੇ ਸਮੇਂ ਉਹ ਬਹੁਤ ਜ਼ਿਆਦਾ ਜਾਣਿਆ ਪਛਾਣਿਆ ਨਾਮ ਨਹੀਂ ਸੀ, ਬੜੇ ਸਮੇਂ ਤੋਂ ਬਾਅਦ ਉਸਦੀਆਂ ਰਚਨਾਵਾਂ ਨੂੰ ਕਿਤਾਬੀ ਸ਼ਕਲ ਦਿੱਤੀ ਗਈ। ਔਰ ਅੱਜ ਹਜ਼ਾਰਾਂ ਵਰੇ ਪਹਿਲੇ ਹੋਇਆ ਹੋਮਰ ਯੂਨਾਨੀ ਕਵਿਤਾ ਦਾ ਮੁੱਢ, ਔਰ ਯੂਨਾਨੀ ਜੋ ਸਾਹਿਤਕ ਇਤਿਹਾਸ ਹੈ ਉਸਦਾ ਪਿਤਾ ਮੰਨਿਆ ਜਾਂਦਾ। ਉਸਨੇ ਯੂਨਾਨ ਦੇ ਬੜੇ ਪੁਰਾਣੇ ਯੋਧਿਆਂ ਦੀਆਂ ਵਾਰਾਂ, ਯੋਧਿਆਂ ਦੀਆਂ ਕਵਿਤਾਵਾਂ, ਕਿੱਸੇ ਕਾਵਿ ਲਿਖੇ, ਜਿਨ੍ਹਾਂ ਦੇ ਵਿੱਚ ਉਹ ਯੂਨਾਨ ਦੇ ਇੱਕ ਪ੍ਰਸਿੱਧ ਯੋਧੇ ਐਕੁਲੀਸ ਦਾ ਜ਼ਿਕਰ ਕਰਦਾ ਹੈ। ਐਕੁਲੀਸ ਯੂਨਾਨ ਦਾ ਇੱਕ ਬੜਾ ਪ੍ਰਸਿੱਧ ਯੋਧਾ ਮੰਨਿਆ ਗਿਆ ਸੀ, ਜੋ ਇੱਕ ਸੁਤੰਤਰ ਸਿਪਾਹੀ ਸੀ, ਕਿਸੇ ਵੀ ਰਾਜੇ ਦੀ ਕਮਾਨ ਦੇ ਹੇਠਾਂ ਉਹ ਨਹੀਂ ਲੜਦਾ ਸੀ। ਉਹ ਬਹੁਤ ਹੀ ਮੰਨਿਆ ਪ੍ਰਮੰਨਿਆ ਯੋਧਾ ਸੀ। ਕਹਿੰਦੇ ਹਨ ਕਿ ਜਦ ਯੂਨਾਨ ਨੇ ਟ੍ਰੋਏ ਦੇ ਉੱਪਰ ਹਮਲਾ ਕੀਤਾ ਆਪਣੀ ਬਹੁਤ ਵੱਡੀ ਸੈਨਾ ਨੂੰ ਸੰਗਠਿਤ ਕਰਕੇ, ਤਾਂ ਟ੍ਰੋਏ ਦੇ ਜੋ ਮੰਦਰ ਸਨ, ਕਿਉਂਕਿ ਸੂਰਜ ਦੇਵਤਾ ਦੀ ਪੂਜਾ ਕਰਦੇ ਸਨ, ਮੂਰਤੀ ਪੂਜਕ ਸਨ, ਉਹ ਯੂਨਾਨ ਦੀਆਂ ਫੌਜਾਂ ਦੇ ਵਿੱਚ ਐਕੁਲਿਸ ਦੀਆਂ ਜੋ ਟੁਕੜੀ ਸੀ ਉਸਦੀ, ਉਸਨੇ ਢਾ ਦਿੱਤੀ। ਔਰ ਸੂਰਜ ਦੇਵਤੇ ਦੀ ਜੋ ਸੋਨੇ ਦੀ ਮੂਰਤੀ ਸੀ, ਜੋ ਸੋਨੇ ਦੇ ਉਸਦੇ ਗਹਿਣੇ ਸਨ, ਉਹਨਾਂ ਨੂੰ ਲੁੱਟ ਲਿਆ। ਉਹ ਜ਼ਿਕਰ ਕਰਦਾ ਹੈ, ਉਹ ਪੁੱਛਦਾ ਹੈ, ਕਿਉਂਕਿ ਐਕੁਲਿਸ ਇੱਕ ਬੜਾ ਮਹਾਨ ਯੋਧਾ ਸੀ, ਉਸਦੀ ਪੂਰੀ ਉਮਰ ਯੁੱਧ ਦੇ ਵਿੱਚ, ਜੰਗਾਂ ਦੇ ਵਿੱਚ ਗੁਜਰੀ। ਕੋਈ ਪੁੱਛਦਾ ਹੈ ਉਸਨੂੰ ਕਿ ਕੀ ਤੈਨੂੰ ਡਰ ਨਹੀਂ ਲੱਗਦਾ ਕਿ ਤੂੰ ਸੂਰਜ ਦੇਵਤਾ ਦਾ ਜੋ ਬੁੱਤ ਹੈ ਉਸਨੂੰ ਤੋੜ ਦਿੱਤਾ ਹੈ, ਉਸਦੇ ਗਹਿਣੇ ਲੁੱਟ ਲਏ ਹਨ, ਡਰ ਨਹੀਂ ਲੱਗਦਾ? ਐਕੁਲਿਸ ਉੱਤਰ ਦਿੰਦਾ ਹੈ, ਉਹ ਕਹਿੰਦਾ ਹੈ ਕਿ ਤੁਹਾਨੂੰ ਇੱਕ ਮੈਂ ਗੱਲ ਦੱਸਦਾ ਪਤੇ ਦੀ, ਤੁਹਾਨੂੰ ਧਰਮ ਮੰਦਰਾਂ ਦੇ ਵਿੱਚ ਇਹ ਗੱਲ ਸ਼ਾਇਦ ਨਹੀਂ ਦੱਸੀ ਗਈ ਹੋਵੇਗੀ ਕਿ ਇਹ ਜੋ ਦੇਵਤਾ ਹੈ, ਇਹ ਜੋ ਦੇਵਤੇ ਹਨ, ਇਹ ਸਾਡੇ ਨਾਲ, ਮਨੁੱਖਾਂ ਦੇ ਨਾਲ ਈਰਖਾ ਕਰਦੇ ਹਨ, ਜੈਲਸੀ ਕਰਦੇ ਹਨ। ਕਿਉਂ? ਕਿਉਂਕਿ ਮਨੁੱਖ ਮਰ ਸਕਦੇ ਹਨ, ਦੇਵਤੇ ਮਰ ਨਹੀਂ ਸਕਦੇ। ਬੜੇ ਪਿਆਰੇ ਡੂੰਘੀ ਰਮਝ ਵਾਲੀ ਗੱਲ ਕਹਿੰਦਾ ਹੈ, ਉਹ ਕਹਿੰਦਾ ਹੈ ਕਿ ਅਸੀਂ ਮਰ ਸਕਦੇ ਹਾਂ। ਉਹ ਕਹਿੰਦਾ ਹੈ ਕਿ ਮੈਂ ਜਦ ਵੀ ਕਿਸੇ ਯੁੱਧ ਵਿੱਚ ਜਾਂਦਾ ਹਾਂ, ਆਪਣੀ ਤਲਵਾਰ ਮਿਆਂ ਤੋਂ ਬਾਹਰ ਕੱਢਦਾ ਹਾਂ, ਮੇਰੇ ਸਾਹਮਣੇ ਮੇਰੇ ਦੁਸ਼ਮਣ ਖੜੇ ਹੁੰਦੇ ਹਨ, ਤਾਂ ਮੈਂ ਸੋਚਦਾ ਹਾਂ ਕਿ ਦੇਖ ਐਕੁਲਿਸ, ਹੋ ਸਕਦਾ ਹੈ ਅੱਜ ਇੱਕ ਰਾਤ ਆਖਰੀ ਯੁੱਧ ਹੋਵੇ, ਇਹ ਸਾਹਮਣੇ ਖੜੇ ਯੋਧੇ ਤੈਨੂੰ ਵਾਪਸ ਨਾ ਆਉਣ ਦੇਣ। ਤੂੰ ਕਹਿੰਦਾ ਹੈ ਕਿ ਇਸ ਅਹਿਸਾਸ ਦੇ ਨਾਲ ਮੇਰਾ ਪੂਰਾ ਜੋ ਜੀਵਨ ਹੈ, ਮੇਰਾ ਜੋ ਰੋਣ ਰੋਣ ਹੈ, ਇੱਕ ਇੱਕ ਜੋ ਮੇਰੇ ਖੂਨ ਦੀ ਨਾੜੀ ਹੈ, ਉਹ ਜੀਵਨ ਦੀ ਵੇਦਨਾ ਨਾਲ ਭਰ ਜਾਂਦੀ ਹੈ।
ਕਿ ਹੋ ਸਕਦਾ ਹੈ ਅੱਜ ਅੰਤਮ ਦਿਨ ਹੋਵੇ। ਸੋ ਜੀ ਲੈ, ਉਹ ਕਹਿੰਦਾ ਹੈ ਕਿ ਮੈਂ ਫਿਰ ਯੁੱਧ ਦੇ ਵਿੱਚ ਉਤਰ ਜਾਂਦਾ ਹਾਂ, ਹਰ ਦਿਨ ਮੇਰਾ ਅੰਤਮ ਹੁੰਦਾ ਹੈ ਔਰ ਮੈਂ ਇਸ ਜੀਵਨ ਨੂੰ ਰੱਜ ਕੇ ਜਿਉਂਦਾ। ਪਰ ਇਹ ਦੇਵਤੇ ਇਹ ਮਰ ਨਹੀਂ ਸਕਦੇ, ਇਹਨਾਂ ਦਾ ਹਰ ਦਿਨ, ਇਹਨਾਂ ਨੂੰ ਪਤਾ ਹੈ ਅੱਜ ਸ਼ਾਮ ਪੈਣੀ ਪੈਣੀ, ਕੱਲ ਸੂਰਜ ਫਿਰ ਚੜ੍ਹਨਾ ਹੈ, ਫਿਰ ਸ਼ਾਮ ਪੈਣੀ। ਇਹ ਉਕਤਾ ਜਾਂਦੇ ਹਨ ਜੀਵਨ ਤੋਂ। ਪਰ ਮਨੁੱਖ, ਉਸ ਕੋਲ ਖਤਰਾ ਹੈ ਮੌਤ ਦਾ, ਔਰ ਉਸ ਮੌਤ ਦੇ ਡੂੰਘੇ ਖਤਰੇ ਦੇ ਨਾਲ ਉਸਦਾ ਜੀਵਨ ਬਹੁਤ ਹੀ ਖੂਬਸੂਰਤ ਹੈ। ਪਤਾ ਨਹੀਂ ਇਹ ਪਲ ਆਵੇ ਕਿ ਨਾ ਆਵੇ, ਇਹ ਜੋ ਪਲ ਹਨ ਜੋ ਚੱਲ ਰਹੇ ਹਨ, ਪਤਾ ਨਹੀਂ ਅਗਲਾ ਪਲ ਆਵੇ ਕਿ ਨਾ ਆਵੇ। ਗੁਰਬਾਣੀ ਦੇ ਵਿੱਚ ਬੜਾ ਪਿਆਰਾ ਸੰਕਲਪ ਹੈ, ਹਰ ਜਪਦੇ ਆ ਖਿਲ ਢਿਲ ਨਾ ਕੀਚੀ ਮੇਰੀ ਜ਼ਿੰਦਗੀ, ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ, ਪਤਾ ਨਹੀਂ। ਜੀਵਨ ਨੂੰ ਇੰਨੀ ਸ਼ਿੱਦਤ ਨਾਲ, ਜੀਵਨ ਨੂੰ ਇੰਨੀ ਗਹਿਰਾਈ ਦੇ ਨਾਲ ਜੀਉਣਾ, ਪਰਮਾਤਮਾ ਨੂੰ ਆਪਣੇ ਰੋਮ ਰੋਮ ਆਪਣੀ ਸਾਹ ਦੇ ਨਾਲ, ਇੱਕ ਇੱਕ ਜੋ ਸਾਹ ਹੈ, ਸਵਾਸ ਹੈ, ਉਸਦੇ ਵਿੱਚ ਪਰਮਾਤਮਾ ਨੂੰ ਰਮਾ ਲੈਣਾ, ਘੋਲ ਲੈਣਾ ਤੇ ਫਿਰ ਜੀਣਾ, ਪਤਾ ਨਹੀਂ ਅਗਲਾ ਪਲ ਆਵੇ ਤੇ ਨਾ। ਉਹ ਕਹਿੰਦਾ ਹੈ ਕਿ ਮੈਂ ਜੀਵਨ ਨੂੰ ਇੰਨੀ ਸ਼ਿੱਦਤ ਨਾਲ ਜਿਉਂਦਾ ਹਾਂ ਕਿ ਇਹ ਦੇਵਤੇ ਮੇਰੇ ਸਾਹਮਣੇ ਅਦਰੇ ਹਨ, ਇਹ ਮੇਰੇ ਨਾਲ ਈਰਖਾ ਕਰਦੇ ਹਨ, ਸ਼ਰੀਕਾ ਰੱਖਦੇ ਹਨ, ਕਿਉਂਕਿ ਮੈਂ ਇਹਨਾਂ ਤੋਂ ਉੱਪਰਲੇ ਤਲ ਤੇ ਖੜਾ ਹਾਂ। ਇਹ ਮਨੁੱਖੀ ਜੀਵਨ ਦੀ ਖੂਬਸੂਰਤੀ ਹੈ। ਇਸ ਦੇਹੀ ਕੋ ਸਿਮਰੈ ਦੇਵ ਸਾ ਦੇਹੀ ਭੱਜ ਹਰ ਕਿਸੇ। ਸੋ ਇਸ ਜੀਵਨ ਦੀ ਪੂਰੀ ਜੋ ਖੂਬਸੂਰਤੀ ਹੈ ਉਸਦੀ ਨਾਸ਼ਮਾਨਤਾ ਤੇ ਖੜੀ ਹੈ। ਅਗਰ ਮੌਤ ਹਟਾ ਹੀ ਜਾਵੇ ਜੀਵਨ ਦੇ ਵਿੱਚੋਂ, ਅਗਰ ਨਾਸ਼ਮਾਨਤਾ ਹਟਾ ਹੀ ਜਾਵੇ ਜੀਵਨ ਦੇ ਵਿੱਚੋਂ, ਤੇ ਪਿੱਛੇ ਜੋ ਵੀ ਬਚੇਗਾ ਉਹ ਬਦਸੂਰਤੀ ਰਹਿ ਜਾਏਗੀ, ਕਿਉਂਕਿ ਫਿਰ ਜੀਵਨ ਜੀਵੇਗਾ ਕੌਣ? ਜੀਵਨ ਜੀਵਨ ਜੋਗਾ ਰਹੇਗਾ ਨਹੀਂ। ਮੌਤ ਦੇ ਕਾਰਨ ਜੀਵਨ ਖੂਬਸੂਰਤ ਹੈ, ਨਾਸ਼ਮਾਨਤਾ ਦੇ ਕਾਰਨ ਜੀਵਨ ਦਾ ਹੋਣਾ ਜ਼ਿਆਦਾ ਖੂਬਸੂਰਤ ਹੈ, ਕੀਮਤੀ ਹੈ, ਜਾ ਸਕਦਾ ਹੈ ਕਿਸੇ ਵੀ ਸਮੇਂ। ਸੋ ਇਸਦੀ ਕੀਮਤ ਬਣੀ ਰਹਿੰਦੀ ਹੈ। ਅਗਰ ਪਤਾ ਹੈ ਕਿ ਜੀਵਨ ਕਦੇ ਨਹੀਂ ਜਾਏਗਾ ਤਾਂ ਇਸਦੀ ਕੌਡੀ ਕੀਮਤ ਨਹੀਂ। ਕੀਮਤ ਤੋਂ ਕੀ ਭਾਵ ਹੈ? ਸਦਾ ਕੋਲ ਹੈ। ਕੀਮਤ ਕਿਸ ਚੀਜ਼ ਦੀ? ਕੀਮਤ ਸਦਾ ਉਸਦੀ ਹੈ ਜੋ ਜਾ ਸਕਦਾ ਹੈ। ਕੀਮਤੀ ਸਦਾ ਉਹ ਹੈ ਜੋ ਗੁਆਚ ਸਕਦਾ ਹੈ, ਉਹ ਕੀਮਤੀ ਹੈ। ਉਸਦਾ ਖਿਆਲ ਰੱਖਣਾ ਪੈਂਦਾ ਹੈ, ਉਸਨੂੰ ਮੰਨਣਾ, ਉਸਨੂੰ ਜੀਉਣਾ ਪੈਂਦਾ ਹੈ। ਸੋ ਮੌਤ ਇੱਕ ਪਿਆਰਾ ਸੰਕਲਪ ਹੈ ਇਸ ਧਰਤੀ ਦੇ ਉੱਤੇ। ਔਰ ਬਾਬਾ ਫਰੀਦ ਜੀ ਆਰੰਭ ਕਰਦੇ ਹਨ ਆਪਣੀ ਮਹਾਨ ਰਚਨਾ ਨੂੰ ਇਸ ਸਲੋਕ ਦੇ ਰਾਹੀਂ, ਮੌਤ ਦੀ, ਜੀਵਨ ਦੀ ਨਾਸ਼ਮਾਨਤ ਆਰੰਭਤਾ ਦੇ ਨਾਲ। ਸੋ ਅੱਗੇ ਇਹ ਕਥਾ ਵਿਚਾਰ ਚੱਲਦੀ ਰਹੇਗੀ। ਸਤਿਗੁਰੂ ਬਖਸ਼ਿਸ਼ ਕਿਰਪਾ ਕਰਨ ਕਿ ਅਸੀਂ ਬਾਬਾ ਫਰੀਦ ਜੀ ਦੀ ਇਸ ਮਹਾਨ ਡੂੰਘੀ ਰਹੱਸਵਾਦੀ ਬਾਣੀ ਨੂੰ ਆਪਣੇ ਮਨ ਵਿੱਚ ਵਸਾ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਅੱਗੇ ਤੋਂ ਮਰਿਆਦਾ ਅਨੁਸਾਰ ਕਥਾ ਵਿਚਾਰ ਸੇਵਾ ਦੀ ਬਖਸ਼ਿਸ਼ ਕਰਨ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।